ਬੇਬੇ ਬਾਪੂ, ਤੁਸੀਂ ਮੈਨੂੰ ਕਾਹਤੋਂ ਛੱਡ ਕੇ ਗਏ ਹੋ ਇਕੱਲੀ ਨੂੰ? ਕਾਸ਼ ਤੁਸੀਂ ਅੱਜ ਵੀ ਜਾਂਦੇ ਹੁੰਦੇ। ਜੇ ਤੁਸੀਂ ਮੇਰੇ ਨਾਲ ਹੁੰਦੇ ਨਾ, ਇਹ ਮੇਰੇ ਤੇ ਇੰਨਾ ਅਤਿਆਚਾਰ ਨਾ ਕਰਦੇ। ਨਾ ਮੈਨੂੰ ਐ ਦੱਸ ਵਿਚੋਲਿਆ, ਰਿਸ਼ਤੇ ਨੂੰ ਮੈਂ ਕਿਹਾ ਸੀ ਕਿ ਜੱਸੀ ਨੇ ਕਿਹਾ ਸੀਗਾ? ਨਹੀਂ ਨਹੀਂ, ਤੁਸੀਂ ਕਿਹੋ ਜਿਹੀ ਗੱਲ ਕਰ ਰਹੇ ਹੋ? ਵਿਚੋਲਿਆ ਨੂੰ ਵੀ ਮੂੰਹ ਬੋਲ ਕੇ ਦੱਸਣ ਦੀ ਲੋੜ ਪਈ ਹੈ। ਮਾਂ, ਮੈਨੂੰ ਪੈਸਾ ਚਾਹੀਦਾ, ਪੈਸਾ। ਦੇਖ ਉਹ ਵਿਚੋਲਾ ਸਾਹਿਬ, ਜੱਸੀ ਵਾਸਤੇ ਆਪਾਂ ਨੂੰ ਸਿਆਣੀ ਕੁੜੀ ਨਹੀਂ ਚਾਹੀਦੀ, ਕੋਈ ਤਾਂ ਹੱਲ ਹੋਊਗਾ। ਵੇਖੋ ਮੇਰੇ ਲਵੇ ਇੱਕ ਸਕੀਮ ਹੈ। ਪੁੱਤਾਂ, ਜੇ ਉਹ ਗੱਲ ਦਾ ਇਹਨੂੰ ਪਤਾ ਲੱਗ ਗਿਆ ਨਾ, ਉਹਨੇ ਜਮਾਂ ਨਹੀਂ ਬੋਲ ਦੇਣਾ। ਬਸ ਆਈ ਕਹਿ ਦਿਆ ਕਰ, ਥੋੜ੍ਹਾ ਜੀ ਡੁੱਲੇ, ਥੋੜ੍ਹਾ ਜੀ ਨੁਕਸਾਨ ਜੋਕਰੀ ਰੱਖੀ ਹੋਈ ਹੈ ਇੱਥੇ ਤੂੰ। ਮੈਂ ਤਾਂ ਮੇਰੀ ਮਾਂ ਨਾਲ ਜਮਾਨ ਲਾਉਣ ਨਹੀਂ ਦਿੰਦਾ ਨਹੀਂ ਤੈਨੂੰ। ਮਾਸੀ ਜੀ, ਤੁਸੀਂ ਤਾਂ ਕਹਿੰਦੇ ਹੋ ਵੀ ਮੁੰਡਾ ਨੌਕਰੀ 'ਤੇ ਲੱਗਿਆ, ਜੇ ਫਿਰ ਮੁੰਡਾ ਆਪ ਨੌਕਰੀ ਕਰਦਾ ਤਾਂ ਉਹਨੇ ਮੈਨੂੰ ਅਨਪੜ੍ਹ ਨੂੰ ਪਸੰਦ ਕਿਵੇਂ ਕਰ ਲਿਆ? ਬਸ ਰੱਬਾ, ਇੰਨੀ ਕੁ ਸੁੱਖ ਰੱਖੀ ਅਤੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੀ ਵੀ ਜਿਹੜਾ ਮੁੰਡਾ ਇਹਨਾਂ ਨੇ ਲੱਭਿਆ ਹੋਵੇ ਨਾ, ਉਹ ਬਸ ਇਹਨਾਂ ਨੇ ਆਪਦੇ ਅਰਗਾ ਨਾ ਲੱਭਿਆ ਹੋਵੇ, ਉਹ ਇਹਨਾਂ ਨੂੰ ਜਲਾਦ ਨਾ ਹੋਵੇ, ਸਿਰਫ ਚੰਗਾ ਚੰਗਾ ਹੋਵੇ। ਮਨਪ੍ਰੀਤ, ਤੂੰ ਅਨਪੜ੍ਹ ਆ ਯਾਰ, ਤੇ ਤੂੰ ਆਹ ਗੱਲ ਮੈਨੂੰ ਅੱਜ ਦੱਸ ਰਹੀਆਂ ਹੈ? ਪਰ ਜੱਸੀ। ਪਰ ਕੀ ਮਨਪ੍ਰੀਤ, ਜਦ ਤੂੰ ਪੜ੍ਹੀ ਲਿਖੀ ਨਹੀਂ ਸੀ, ਤੂੰ ਮੇਰੇ ਨਾਲ ਵਿਆਹ ਕਿਉਂ ਕਰਵਾਇਆ? ਬਾਪੂ ਕੀ ਆ ਇਹ, ਤੂੰ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ, ਮੇਰੇ ਪੱਲੇ ਅਨਪੜ੍ਹ ਪਾਤੀ। ਉਹ ਬਾਪੂ, ਮੈਨੂੰ ਨਹੀਂ ਕੁਛ ਪਤਾ ਹੈਗਾ, ਮੈਂ ਇਹਨੂੰ ਅਨਪੜ੍ਹਾਂ ਨੂੰ ਨਾ ਆਪਣੀ ਘਰਵਾਲੀ ਬਣਾ ਕੇ ਰੱਖ ਸਕਦਾ, ਜਾਂ ਤਾਂ ਇਹਨੂੰ ਨੌਕਰ ਨਾਲ ਹੀ ਰੱਖ ਲਓ, ਜਾਂ ਫਿਰ ਇਹਨੂੰ ਛੱਡ ਆਓ। ਬਸ ਮੈਂ ਤਾਂ ਤੁਹਾਨੂੰ ਕਹਿਤਾ। ਜੇ ਮੈਂ ਇੱਥੇ ਆ ਗਈ ਹਾਂ, ਇਹਨਾਂ ਨੇ ਨਹੀਂ ਮੈਨੂੰ ਜਿਉਣ ਦੇਣਾ, ਉੱਠਦੇ ਬੈਦੇ ਨੂੰ ਤਾਨੇ ਮਾਰਿਆ ਕਰਨਗੇ ਵੀ ਇਹਨੂੰ ਅਨਪੜ੍ਹ ਨੂੰ ਕਿਸੇ ਦਾ ਚੱਜ ਨਹੀਂ। ਬਾਪੂ, ਓ ਬਾਪੂ, ਸਵੇਰੇ ਸਵੇਰੇ ਇਹ ਮੁੰਡਾ ਦੁਖੀ ਕਰਨ ਲੱਗ ਜਾਂਦਾ। ਲੈ ਆ ਬੈਠਾ ਬਾਪੂ ਵੀ। ਉਹ ਭਾਈ, ਜਦੋਂ ਮੈਂ ਤੈਨੂੰ ਦੇਖਦਾ ਬਸ ਤੂੰ ਵੱਜ ਹੀ ਮਰੀ ਜਾਇਆ ਕਰ। ਉਹ ਬਾਪੂ ਜੀ, ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਨਾ, ਤੁਹਾਡੇ ਇਲਾਵਾ ਕੌਣ ਆ ਮੇਰਾ ਇਹ ਘਰ ਦੇ ਵਿੱਚ? ਨਾਲੇ ਬਾਪੂ, ਜਦੋਂ ਮੈਨੂੰ ਇਕੱਲਾਪਣ ਜਿਹਾ ਮਹਿਸੂਸ ਹੁੰਦਾ ਨਾ, ਮੈਂ ਤੁਹਾਨੂੰ ਉਹਦੀ ਆਵਾਜ਼ਾਂ ਮਾਰਦਾ। ਨਾਲੇ ਸੱਚ ਬਾਪੂ, ਮੈਨੂੰ ਤਨਖਾਹ ਮਿਲ ਗਈ ਸੀ ਅਤੇ ਮੈਂ ਸਾਰੇ ਪੈਸੇ ਨਾ ਅਲਮਾਰੀ 'ਚ ਰੱਖਤੇ, ਤੁਸੀਂ ਉੱਥੋਂ ਚੱਕ ਕੇ ਨਾ ਆਪਣੇ ਹੱਥ ਥੱਲੇ ਕਰ ਲਿਓ। ਕਿੰਨੇ ਪੈਸੇ ਰੱਖੇ ਉੱਥੇ? ਉਹ ਬਾਪੂ, ਜਿੰਨੀ ਤਨਖਾਹ ਮਿਲੀ ਸੀ ਸਾਰੇ ਮੈਂ ਰੱਖਤੇ ਉੱਥੇ, ਬਾਕੀ ਜਿੰਨੀ ਤੁਹਾਨੂੰ ਲੋੜ ਹੋਈ ਨਾ ਤੁਸੀਂ ਉਹਨੇ ਵਰਤ ਲਿਓ, ਮੇਰੇ ਲਵੇ ਤਾਂ ਆਪਦੇ ਖਰਚੇ ਵਾਸਤੇ ਹੈਗੇ ਆ। ਠੀਕ ਆ ਬਾਪੂ? ਚਲੋ ਠੀਕ ਹੈ। ਹਾਂ ਚਲੋ ਠੀਕ ਆ ਬਾਪੂ, ਫਿਰ ਮੈਂ ਚੱਲਦਾ ਕੰਮ 'ਤੇ। ਹੈ ਪੂਰਾ ਮਹੀਨਾ ਉਡੀਕ ਕਰਨੀ ਪੈਂਦੀ ਆ ਆ ਦਿਨ ਦੀ, ਜੱਸੀ ਦੀ ਘਰੋਂ ਤਨਖਾਹ ਘਰੇ ਆਊਗੀ। ਕੁੜੀ, ਪਾਣੀ ਦਾ ਗਸ ਲੈ ਕੇ ਦੇ ਵੀਰੇ। 2 ਮਿੰਟ ਬਸ, ਮੈਂ ਝਾੜੂ ਲਾ ਦਾ ਫਿਰ ਲਿਆ ਦੂੰਗੀ। ਨਾ, ਤੈਨੂੰ ਸੁਣਿਆ ਨਹੀਂ ਮੈਂ ਕੀ ਕਿਹਾ, ਪਾਣੀ ਦਾ ਗਸ ਲੈ ਕੇ ਦੇ ਪਹਿਲਾਂ, ਫਿਰ ਕਰ ਲਈ ਕੰਮ ਜੇ। ਵਗ ਜਾ। ਲਿਆ ਕੁੜੀਏ ਪਾਣੀ, ਇੰਨਾ ਟਾਈਮ ਹੁੰਦਾ।
ਨਾ ਤੇਰਾ ਦਿਮਾਗ ਨਹੀਂ ਕੰਮ ਕਰਦਾ, ਕਿਤੇ ਨੂੰ ਸਿੱਤਰ ਖਾਣ ਦੀ ਆਦਤ ਪੈ ਗਈ। ਮੈਂ ਕੀ ਕਰਤਾ ਵੀਰੇ ਹੁਣ? ਹੁਣੇ ਵੀ ਮੈਂ ਦੱਸਾਂ, ਗਰਮੀ ਹੋ ਗਈ, ਠੰਡਾ ਪਾਣੀ ਲਿਆ ਕੇ ਦੇਈਦਾ, ਜਾਂ ਹੁਣ ਜਾ ਕੇ ਠੰਡਾ ਪਾਣੀ ਲਿਆ ਕੇ ਦੇ ਫਰਿੱਜ ਚੋਂ। ਇੱਥੋਂ ਦਿਮਾਗ ਖਰਾਬ ਕਰਨ ਨਾ, ਹੁਣ ਮੇਰੇ ਸਿਰ ਤੇ ਖੜੀ ਰਹੇਗੀ, ਜਾ ਕੇ ਕੋਈ ਕੰਮ ਕਰ ਲੈ। ਮੈਂ ਤੈਨੂੰ ਪਤਾ ਤਾਂ ਹੈਗਾ ਮੈਨੂੰ ਜਮੀ ਨਹੀਂ ਪਸੰਦ ਕੁੜੀ ਜੀ, ਪਰ ਮੈਨੂੰ ਐਂ ਨਹੀਂ ਸਮਝ ਆਉਂਦੀ ਆਪਾਂ ਇਹਨੂੰ ਖਰਚੇ ਦੇ ਘਰ ਨੂੰ ਘਰੇ ਕਿਉਂ ਰੱਖਿਆ ਹੈ। ਗੱਲ ਤਾਂ ਤੇਰੀ ਸਹੀ ਹੈ ਪੁੱਤ, ਹੈਗਾ ਤਾਂ ਖਰਚੇ ਦਾ ਹੀ ਘਰ ਹੈ, ਪਰ ਆਹ ਲੋਕਾਂ ਦੇ ਮੂੰਹ ਨੂੰ ਇਹਨੂੰ ਘਰੋਂ ਵੀ ਨਹੀਂ ਕੱਢ ਸਕਦੇ, ਨਾਲੇ ਤੈਨੂੰ ਪਤਾ ਹੈ ਆਹ ਜ਼ਮੀਨ ਤੇ ਘਰ ਸਾਰਾ ਇਸੇ ਦੇ ਹਿੱਸੇ ਦਾ ਹੈ। ਹਾਂ ਮਾਂ, ਇਹ ਗੱਲ ਦਾ ਤਾਂ ਮੈਨੂੰ ਪਤਾ ਵੀ ਘਰ ਤੇ ਜ਼ਮੀਨ ਮਨਪ੍ਰੀਤ ਦੀ ਆ, ਪਰ ਉਹ ਇਹ ਗੱਲ ਤੋਂ ਅਣਜਾਣਾ, ਆਪਾਂ ਕਿਹੜਾ ਉਹਨੂੰ ਕਦੇ ਪਤਾ ਲੱਗਣ ਦਿੱਤਾ, ਤੇ ਤੂੰ ਇਹ ਗੱਲ ਦਾ ਧਿਆਨ ਰੱਖੀ ਵੀ ਮਨਪ੍ਰੀਤ ਨੂੰ ਇਹ ਗੱਲ ਕਦੇ ਪਤਾ ਵੀ ਨਾ ਲੱਗੇ। ਤੂੰ ਇਹ ਗੱਲ ਦੀ ਟੈਨਸ਼ਨ ਨਾ ਲੈ ਪੁੱਤ, ਉਹਨੂੰ ਕੁਛ ਨਹੀਂ ਪਤਾ ਲੱਗਦਾ। ਮਾਂ ਜੀ, ਇਹ ਗੱਲ ਮਨਪ੍ਰੀਤ ਨੂੰ ਪਤਾ ਲੱਗ ਗਈ ਨਾ, ਆਪਾਂ ਤਾਂ ਜਮਾਂ ਸੜਕ 'ਤੇ ਆ ਜਾਵਾਂਗੇ, ਨਾ ਤਾਂ ਆਪਣੇ ਲਵੇ ਘਰ ਆ ਨਾ ਜ਼ਮੀਨ ਹੈ। ਨਹੀਂ ਤੂੰ ਤਾਂ ਕੋਈ ਬੋਲ, ਜੇ ਉਹਨੂੰ ਪਤਾ ਲੱਗ ਗਿਆ ਨਾ ਆਪਣੀ ਜਾਨ ਨੂੰ ਹੋਰ ਸਿਆਪਾ ਖੜਾ ਹੋ ਜਾਊਗਾ। ਮਾਂ, ਬਾਕੀ ਸਭ ਦਾ ਤਾਂ ਹੱਲ ਮੇਰੇ ਕੋਲ ਹੈਗਾ, ਤੂੰ ਮਨਪ੍ਰੀਤ ਨੂੰ ਘਰੋਂ ਨਾ ਬਾਹਰ ਨਿਕਲਣ ਦਿਆ ਕਰ, ਐਵੇਂ ਬਾਹਰੋਂ ਕਿਸੇ ਨੇ ਦੱਸਤਾ ਫਿਰ ਔਖਾ ਹੋ ਜੂ, ਨਾ ਜਾਣੇ ਸਭ ਨੂੰ ਪਤਾ ਆਪਾਂ ਉਹਦੇ ਨਾਲ ਕਿਹੋ ਜਿਹਾ ਸਲੂਕ ਕਰਦੇ ਹਾਂ। ਉਹ ਕੀ ਗੱਲ ਹੋ ਗਈ ਬਾਪੂ, ਕੀ ਸੋਚੀ ਇਹਨਾਂ? ਉਹ ਕੁਛ ਨਹੀਂ ਪੁੱਤ, ਕੁਛ ਨਹੀਂ। ਓਹੋ, ਮੈਂ ਤਾਂ ਐਂ ਕਹਿੰਦਾ ਜੀ ਬਾਪੂ ਮੈਂ ਰੋਟੀ ਪਾ ਲਿਆ ਵਾਂ, ਮੈਨੂੰ ਬਹੁਤ ਭੁੱਖ ਲੱਗ ਰਹੀ ਆ। ਪੁੱਤ ਮੈਂ ਤਾਂ ਹੁਣੇ ਚਾਹ ਪੀ ਕੇ ਹਟਿਆ, ਤੂੰ ਐਂ ਕਰ ਤੂੰ ਰੋਟੀ ਖਾ ਲੈ। ਉਹ ਬਾਪੂ ਇਹ ਵੀ ਕੋਈ ਗੱਲਾਂ 'ਚ ਗੱਲ ਬਣੀ, ਮੈਨੂੰ ਤਾਂ ਦੇਖੀ ਇੰਨੀ ਭੁੱਖ ਲੱਗ ਰਹੀ ਸੀ, ਮੈਨੂੰ ਤਾਂ ਐਂ ਸੀ ਮੈਂ ਚਲੋ ਅੱਜ ਬਾਪੂ ਨਾਲ ਬਹਿ ਕੇ ਇਕੱਠੇ ਰੋਟੀ ਖਾਵਾਂਗੇ। ਪੁੱਤ ਆਪਾਂ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਵਾਂਗੇ, ਤੂੰ ਐਂ ਕਰ ਜਾ ਰੋਟੀ ਖਾ ਲੈ, ਜਾ ਪੁੱਤ ਰਸੋਈ 'ਚ ਬਹਿ ਜਾ, ਜਾ ਸ਼ੇਰ ਬਣ ਕੇ। ਚੱਲ ਠੀਕ ਆ ਬਾਪੂ, ਫਿਰ ਮੈਂ ਜਾਂਦਾ। ਹਾਂ, ਜੇ ਤੈਨੂੰ ਕੁਛ ਚਾਹੀਦਾ ਫਿਰ ਤਾਂ ਮੈਨੂੰ ਆਵਾਜ਼ ਮਾਰ। ਹਾਂ, ਮੈਂ ਤੈਨੂੰ ਦੱਸ ਦੂੰਗਾ। ਹਾਂ ਜਾ। ਜੀਤਾ ਕਰਦਾ ਜ਼ਹਿਰ ਪਾ ਕੇ ਦੇ ਦਾ ਰੋਟੀ ਵਿੱਚ, ਪਰ ਪਤਾ ਨਹੀਂ ਕਿੰਨਾ ਸਮਾਂ ਹੋਰ ਇਸ ਤਰ੍ਹਾਂ ਮੂੰਹ ਦਾ ਮਿੱਠਾ ਬਣ ਕੇ ਰਹਿਣਾ ਪਊਗਾ। ਚੱਲ ਐਂ ਕਰਦਾ, ਜੱਸੀ ਘਰੇ ਹੈਗਾ, ਬਾਹਰੇ ਗੇੜਾ ਮਾਰਿਆ ਵਾ। ਓ ਲੈ, ਕਿਵੇਂ ਬਚੋਲਿਆ? ਬਹਿ ਜਾ ਬਹਿ ਜਾ ਬਹਿ ਜਾ। ਕਿਵੇਂ ਹੋਇਆ ਸਾਡੇ ਘਰ ਆਉਣਾ ਅੱਜ? ਬਸ ਮੈਂ ਕਿਹਾ ਮਿਲਿਆ ਜੀ ਤੁਹਾਨੂੰ, ਬਾਕੀ ਜਿੱਥੇ ਜਵਾਕ ਜਵਾਨ ਹੋ ਜਾਣਾ ਉੱਥੇ ਸਾਡਾ ਗੇੜਾ ਵੱਜਣਾ ਤਾਂ ਲਾਜ਼ਮੀ ਆ। ਉਹਦਾ ਗੱਲ ਤੇਰੀ ਠੀਕ ਹੈ, ਕਿਸੇ ਗੁਆਂਢੀ ਦਾ ਰਿਸ਼ਤਾ ਕਰਵਾ ਰਹੇਗਾ। ਨਹੀਂ ਨਹੀਂ, ਤੁਸੀਂ ਕਾਹਨੂੰ ਗੁਆਂਢੀਆਂ ਦੀ ਸੋਚ ਕਰਦੇ ਹੋ, ਤੁਹਾਡੇ ਘਰ ਵੀ ਜਵਾਨ ਪੁੱਤ ਹੈ, ਉਸਦੀ ਵੀ ਉਮਰ ਹੋਈ ਪਈ ਹੈ, ਜੇ ਹੁਣ ਨਹੀਂ ਉਹਦਾ ਰਿਸ਼ਤਾ ਕਰੋਗੇ ਤਾਂ ਫਿਰ ਕਰੋਗੇ ਕਦੋਂ? ਨਾ ਮੈਨੂੰ ਐਂ ਦੱਸ ਬਚੋਲਿਆ, ਰਿਸ਼ਤੇ ਨੂੰ ਮੈਂ ਕਿਹਾ ਸੀ ਕਿ ਜੱਸੀ ਨੇ ਕਿਹਾ ਸੀਗਾ? ਨਹੀਂ ਨਹੀਂ, ਤੁਸੀਂ ਕਿਹੋ ਜਿਹੀ ਗੱਲ ਕਰ ਰਹੇ ਹੋ, ਬਚੋਲਿਆਂ ਨੂੰ ਵੀ ਮੂੰਹੋਂ ਬੋਲ ਕੇ ਦੱਸਣ ਦੀ ਲੋੜ ਪਈ ਹੈ। ਭਾਈ ਸਾਹਿਬ, ਅਸੀਂ ਮੁੰਡੇ ਦਾ ਜੇ ਰਿਸ਼ਤਾ ਨਹੀਂ ਕਰਨਾ, ਉਹ ਨੌਕਰੀ ਕਰਦਾ, ਜਦੋਂ ਗੱਲਬਾਤ ਹੋਈ ਤੈਨੂੰ ਫੋਨ ਕਰ ਦਾਂਗੇ। ਮੁੰਡਾ ਨੌਕਰੀ ਕਰਦਾ ਗਾ, ਚੰਗੀ ਭਲੀ ਜ਼ਮੀਨ ਆ, ਹੋਰ ਕੀ ਉਡੀਕਦੇ ਹੋ ਤੁਸੀਂ? ਭਾਈ ਸਾਹਿਬ ਜੀ, ਤੁਸੀਂ ਚਾਹ ਪਾਣੀ ਪੀਣਾ ਗਾ, ਜਦੋਂ ਵੀ ਰਿਸ਼ਤਾ ਕਰਨਾ ਹੋਇਆ ਨਾ ਤੈਨੂੰ ਬੁਲਾ ਲਾਂਗੇ, ਠੀਕ ਹੈ ਜੀ? ਚੰਗਾ ਭਾਈ। ਆਇਆ ਜੱਸੀ ਦਾ ਰਿਸ਼ਤਾ ਕਰਾਉਣ ਵਾਲਾ ਵੱਡਾ, ਸਾਨੂੰ ਪਤਾ ਹੈ ਇਹਦੀ ਉਮਰ ਹੋਈ ਪਈ ਆ, ਪਰ ਮੈਂ ਨਹੀਂ ਕਰਨਾ ਤਾਂ ਨਹੀਂ ਕਰਨਾ। ਉਹ ਬਾਪੂ ਕੀ ਹੋਇਆ, ਕੋਈ ਆਇਆ ਸੀ ਘਰੇ? ਉਹ ਤੈਨੂੰ ਅੰਗੂਠਾ ਲਾ ਕੇ ਦੇਵਾਂ, ਕੌਣ ਆਇਆ ਸੀ ਤੇ ਕੌਣ ਨਾ? ਲੈ ਯਾਰ, ਬਾਪੂ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਕਦੇ ਕਦੇ ਤਾਂ, ਕਦੇ ਕਦੇ ਤਾਂ ਇੰਨੇ ਪਿਆਰ ਨਾਲ ਬੋਲਦੇ ਆ, ਅਤੇ ਕਦੇ ਕਦੇ ਨਾ ਦੁਸ਼ਮਣਾਂ ਵਾਂਗੂ ਵਰਤਾਓ ਕਰਨ ਲੱਗ ਜਾਂਦੇ ਮੇਰੇ ਨਾਲ, ਪਤਾ ਨਹੀਂ ਗੱਲ ਕੀ ਆ ਯਾਰ। ਚਲ ਕੋਈ ਨਹੀਂ।
ਬੇਬੇ ਬਾਪੂ, ਤੁਸੀਂ ਮੈਨੂੰ ਕਾਹਤੋਂ ਛੱਡ ਕੇ ਗਏ ਹੋ ਗੱਲੀ ਨੂੰ? ਕਾਸ਼ ਤੁਸੀਂ ਅੱਜ ਵੀ ਜਾਂਦੇ ਹੁੰਦੇ। ਜੇ ਤੁਸੀਂ ਮੇਰੇ ਨਾਲ ਹੁੰਦੇ ਨਾ, ਇਹ ਮੇਰੇ 'ਤੇ ਇੰਨਾ ਅੱਤਿਆਚਾਰ ਨਾ ਕਰਦੇ। ਮੈਨੂੰ ਇਹਨਾਂ ਦਾ ਅੱਤਿਆਚਾਰ ਨਾ ਸਹਿਣਾ ਪੈਂਦਾ। ਦੋ ਵਕਤ ਦੀ ਰੋਟੀ ਲਈ ਮੈਨੂੰ ਇਹਨਾਂ ਪਾਪੀਆਂ ਦੀ ਕੁੱਟ ਸਹਿਣੀ ਪੈਂਦੀ ਆ। ਪਤਾ ਨਹੀਂ ਇਹ ਪਾਪੀ ਲੋਕ ਮੇਰੇ ਤੋਂ ਕੀ ਚਾਹੁੰਦੇ ਆ। ਕਿਉਂ ਗਏ ਤੁਸੀਂ ਮੈਨੂੰ ਛੱਡ ਕੇ? ਮਾਂ, ਮੈਨੂੰ ਪੈਸਾ ਚਾਹੀਦਾ, ਪੈਸਾ। ਦੇਖ, ਮਨਪ੍ਰੀਤ ਦੀ ਜ਼ਮੀਨ 'ਤੇ ਘਰ ਆਪਾਂ ਤਾਂ ਨਹੀਂ ਨਾ ਕਰਾ ਸਕੇ ਕਿਉਂਕਿ ਮਨਪ੍ਰੀਤ 18 ਸਾਲ ਤੋਂ ਘੱਟ ਸੀ, ਪਰ ਹੁਣ ਤਾਂ 18 ਸਾਲ ਦੀ ਹੋ ਗਈ। ਹੁਣ ਤਾਂ ਆਪਾਂ ਆਰਾਮ ਨਾਲ ਉਹਦਾ ਘਰ 'ਤੇ ਜ਼ਮੀਨ ਆਪਣੇ ਨਾਂ ਕਰਾ ਸਕਦੇ ਹਾਂ। ਪੁੱਤ, ਜੇ ਉਹ ਗੱਲ ਦਾ ਇਹਨੂੰ ਪਤਾ ਲੱਗ ਗਿਆ, ਉਹਨੇ ਜਮ੍ਹਾਂ ਨਹੀਂ ਹੋਣ ਦੇਣਾ। ਮਾਂ, ਘਰੋਂ ਨੂੰ ਆਪਾਂ ਨਿਕਲ ਨਹੀਂ ਦਿੰਦੇ, ਪੜ੍ਹਨਾ ਲਿਖਣਾ ਉਹਨੂੰ ਆਉਂਦਾ ਨੀਗਾ, ਨਾ ਆਪਾਂ ਨੂੰ ਪੜ੍ਹਨਾ ਲਿਖਣ ਲਾਇਆ, ਫਿਰ ਆਪਾਂ ਨੂੰ ਕਿਹੜੀ ਗੱਲ ਦਾ ਡਰ? ਡਰ ਤਾਂ ਨਹੀਂ ਪੁੱਤ, ਇਹ ਕੰਮ ਚੋਰੀਓਂ ਕਰਨੇ ਸੌਖੇ ਨਹੀਂ, ਆਪਾਂ ਨੂੰ ਸਮਝਦਾਰੀ ਵਰਤਣੀ ਪਊ। ਇਹੋ ਜਿਹਾ ਮੈਂ ਕੀ ਕਰਾਂ, ਸਾਬੀ ਮਰਜ਼ੀ ਸੋਟੀ ਬਿਨਾਂ ਟੁੱਟੇ। ਮੈਨੂੰ ਲੱਗਦਾ ਵਿਚੋਲੇ ਨਾਲ ਗੱਲ ਕਰਨੀ ਪੈਣੀ ਆ। ਚੱਲ ਫੋਨ ਲਾਉਣਾ ਉਹਨੂੰ। ਵਿਚੋਲਾ, ਹਾਂ ਹਾਂਜੀ, ਵਿਚੋਲਾ ਸਾਹਿਬ। ਚਲੋ, ਉਹ ਤਾਂ ਬਹੁਤ ਵਧੀਆ ਹੋਇਆ ਵਿਚੋਲੇ ਨਾਲ ਗੱਲ ਹੋ ਗਈ। ਉਹ ਕਹਿੰਦਾ ਮੈਂ ਘਰ ਆ ਜਾਣਾ। ਓਹੋ, ਪਰ ਅੱਜ ਤਾਂ ਜੱਸੀ ਘਰ ਹੈਗਾ, ਜੱਸੀ ਹੁਣ ਤਾਂ ਮੈਂ ਗੱਲ ਵੀ ਨਹੀਂ ਕਰ ਸਕਦਾ। ਚੱਲ ਐਂ ਕਰਦਾ, ਜਿਸ ਨੂੰ ਬਾਹਰ ਭੇਜਦਾ ਕਿਸੇ ਬਹਾਨੇ। ਜੱਸੀ, ਉਹ ਜੱਸੀ। ਹਾਂ ਬਾਪੂ। ਉਹ ਤਸਵੀਰੀ ਪੜ੍ਹਨ ਲੱਗ ਜਾਂਦਾ ਗਾ, ਤੂੰ ਖੇਤ ਵੀ ਮਾੜਾ ਮੋਟਾ ਗੇੜਾ ਮਾਰ ਲਿਆ ਕਰ, ਜਾ ਖੇਤ ਜਾ। ਉਹ ਬਾਪੂ, ਅੱਗੇ ਰੋਜ਼ ਮੈਨੂੰ ਆਫਿਸ 'ਚ ਕੰਮ ਹੁੰਦੇ ਨੇ, ਮੈਨੂੰ ਅੱਜ ਹੀ ਟਾਈਮ ਲੱਗਿਆ। ਉਹ ਮੈਨੂੰ ਪੜ੍ਹ ਲੈਣ ਦੇ, ਮੇਰੇ ਪੇਪਰ ਵੀ ਆ ਗਏ, ਜਦੋਂ ਮੈਂ ਪੜ੍ਹ ਹੀ ਲਿਆ ਫਿਰ ਮੈਨੂੰ ਡਿਗਰੀ ਮਿਲਜੂ, ਨਾਲ ਜਦੋਂ ਡਿਗਰੀ ਮਿਲੀ ਗਈ ਨਾ ਫਿਰ ਮੈਂ ਪੋਸਟਾਂ ਭਰਦਾ ਹੋ ਜੂੰਗਾ। ਕੀ ਪਤਾ ਰੱਬ ਸੁਣੀ ਲਵੇ ਮੈਨੂੰ ਕੋਈ ਸਰਕਾਰੀ ਨੌਕਰੀ ਮਿਲ ਜੇ। ਉਹ ਪੁੱਤ, ਕੱਲ੍ਹ ਮੈਂ ਖੇਤ ਗਿਆ ਸੀਗਾ, ਕੰਮ ਕਰ ਲਿਆ ਮੈਂ ਜ਼ਿਆਦਾ, ਮੇਰੇ ਤਾਂ ਪੁੱਤ ਅੰਗ ਅੰਗ ਦੁਖੀ ਜਾਂਦਾ ਗਾ। ਜਾ ਤੂੰ ਜਲਦੀ ਵਾ, ਜਾ ਲੇਟ ਨਾ। ਉਹ ਬਾਪੂ, ਖੇਤ ਤਾਂ ਮੈਂ ਵਗ ਜਾਣਾ, ਪਰ ਤੂੰ, ਮੈਂ ਤੈਨੂੰ ਦਵਾਈ ਦਵੂਈ ਦਵਾ ਲਿਆਉਣਾ। ਜਾ ਦਵਾਈ ਤੂੰ ਲੈ ਲੈਣੀ ਸੀ ਕੋਈ, ਗੋਲੀ ਪਈ ਸੀ ਪੁੱਤ, ਮੈਂ ਲੈ ਲਈ। ਲੈ ਲਈ? ਹਾਂ ਮੈਂ ਲੈ ਲਈ। ਚਲ ਕੋਈ ਨਾ ਬਾਪੂ, ਫਿਰ ਤੂੰ ਕਰ ਰੈਸਟ, ਹੈ ਫਿਰ ਮੈਂ ਜਾਂਦਾ ਖੇਤ। ਟਾਈਮ ਨਾ ਲਾਈ। ਹਾਂ ਹਾਂ ਨਾ, ਬਸ ਟਾਈਮ ਤਾਂ ਕਿਹੜਾ ਲਾਉਣਾ, ਬਸ ਆਹ ਕੱਪੜੇ ਬਦਲ ਕੇ ਜਾਂਦਾ ਮੈਂ। ਵੱਡਾ ਆ ਸਰਕਾਰੀ ਨੌਕਰੀ ਵਾਲਾ, ਤੂੰ ਭਰਤਾ ਸਹੀ ਪੋਸਟ, ਦੇਖਦਾ ਫਿਰ ਮੈਂ ਤੈਨੂੰ। ਲੈ ਆ ਜਾਓ ਭਾਈ ਸਾਹਿਬ, ਤੁਹਾਨੂੰ ਡਿੱਕੀ ਜਾਂਦਾ ਸੀ ਮੈਂ, ਬੈਠੋ। ਕੀ ਗੱਲ ਵੱਡੇ ਵੀਰ, ਅੱਜ ਤੈਨੂੰ ਵਿਚੋਲੇ ਦੀ ਯਾਦ ਕਿਵੇਂ ਆ ਗਈ? ਉਹ ਦਿਨ ਤਾਂ ਤੂੰ ਘਰੋਂ ਮੋੜਤਾ ਸੀ। ਮੈਨੂੰ ਲੱਗਦਾ ਬਾਈ ਉਹ ਦਿਨ ਤੂੰ ਬਾਹਲਾ ਗੁੱਸਾ ਕਰ ਗਿਆ, ਤੈਨੂੰ ਪਤਾ ਘਰ ਦੇ ਕੰਮਾਂ ਕਾਰਜਾਂ ਸਾਲਾ ਦਿਮਾਗ ਘੁੰਮਿਆ ਰਹਿੰਦਾ, ਪੁੱਠੇ ਟਾਈਮ 'ਤੇ ਬਾਈ ਤੂੰ ਆ ਗਿਆ। ਮੈਨੂੰ ਐਂ ਦੱਸ, ਤੈਨੂੰ ਗੁੱਸੇ ਕਰਕੇ ਅਸੀਂ ਜਾਵਾਂਗੇ ਕਿੱਥੇ? ਚਲੋ ਠੀਕ ਆ ਜੀ, ਹੁਣ ਤੁਸੀਂ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ। ਭਾਈ ਸਾਹਿਬ ਜੀ, ਗੱਲ ਇਹ ਹੈ, ਤੁਸੀਂ ਆ ਮੇਰੇ ਯਕੀਨੀ ਬੰਦੇ, ਤਾਂ ਕਰਕੇ ਮੈਂ ਤੁਹਾਨੂੰ ਘਰ ਬੁਲਾਇਆ ਗਾ, ਆਪਾਂ ਜੱਸੀ ਦੇ ਰਿਸ਼ਤੇ ਬਾਰੇ ਗੱਲ ਕਰਨੀ ਆ। ਤੁਸੀਂ ਦੱਸੋ ਜੱਸੀ ਨੂੰ ਕਿਹੋ ਜਿਹੀ ਕੁੜੀ ਚਾਹੀਦੀ ਹੈ, ਆਪਾਂ ਉਹੋ ਜਿਹੀ ਲੈ ਆਵਾਂਗੇ। ਗੱਲ ਗਹਿਰੀ ਅਤੇ ਡੂੰਘੀ ਹੈ, ਆਪਣੇ ਦੋਨੇ ਵਿੱਚ ਰਹਿਣੀ ਚਾਹੀਦੀ ਹੈ, ਮੂੰਹੋਂ ਮੰਗੀ ਕੀਮਤ ਦਊਂਗਾ ਮੈਂ ਤੈਨੂੰ। ਤੁਸੀਂ ਹੁਕਮ ਤਾਂ ਕਰੋ, ਜਿਹੋ ਜਿਹੀ ਕੁੜੀ ਕਹੋਗੇ ਆਪਾਂ ਉਹੋ ਜਿਹੀ ਲੈ ਆਵਾਂਗੇ। ਭਾਈ ਸਾਹਿਬ ਜੀ, ਮੈਨੂੰ ਜੱਸੀ ਵਾਸਤੇ ਇਹੋ ਜਿਹੀ ਕੁੜੀ ਚਾਹੀਦੀ ਹੈ
ਭਾਵ ਕਿ ਜੱਸੀ ਦਾ ਪਰਿਵਾਰ ਨਾ ਅੱਗੇ ਵਧਾ ਸਕੇ, ਉਹ ਮਾਂ ਨਾ ਬਣ ਸਕੇ। ਇਹ ਤੁਸੀਂ ਕੀ ਬੋਲ ਰਹੇ ਹੋ? ਤੁਹਾਨੂੰ ਇਹੋ ਜਿਹਾ ਕੀ ਹੋ ਗਿਆ ਜੋ ਤੁਹਾਨੂੰ ਇਹੋ ਜਿਹੀ ਨੂੰਹ ਲੱਭਣੀ ਪੈ ਰਹੀ ਹੈ? ਉਹ ਭਾਈ ਸਾਹਿਬ, ਇਹ ਸਾਡੇ ਘਰ ਦਾ ਮਸਲਾ, ਪਰ ਤੁਸੀਂ ਆਪਣੇ ਪੈਸੇ ਦਾ ਫਿਕਰ ਨਾ ਕਰੋ, ਪੈਸੇ ਤੁਹਾਡੇ ਸਾਰੇ ਆਉਣਗੇ। ਨਾਲੇ ਕੁੜੀ ਪੜ੍ਹੀ ਹੋਵੇ ਭਾਵੇਂ ਅਨਪੜ੍ਹ ਹੋਵੇ, ਦਾਜ ਲੈ ਕੇ ਆਵੇ ਭਾਵੇਂ ਨਾ ਲੈ ਕੇ ਆਵੇ, ਪਰ ਜਦੋਂ ਇਸ ਘਰ ਵਿੱਚ ਆਵੇ ਨਾ ਬਰਬਾਦੀ ਲੈ ਕੇ ਆਵੇ। ਭਾਈ ਜੀ, ਤੁਸੀਂ ਆਪ ਸਿਆਣੇ ਹੋ, ਇਹੋ ਜਿਹੀਆਂ ਕੁੜੀਆਂ ਦੱਸੋ ਕਿੱਥੇ ਮਿਲਦੀਆਂ ਨੇ? ਬਾਕੀ ਇਹੋ ਜਿਹੀਆਂ ਗੱਲਾਂ ਕੁੜੀਆਂ ਦੇ ਘਰ ਦੇ ਥੋੜ੍ਹੀ ਦੱਸਦੇ ਹੁੰਦੇ ਆ। ਜੇ ਕੁੜੀ ਵਿੱਚ ਨੁਕਸ ਹੋਇਆ ਵੀ ਤਾਂ ਉਸਦੇ ਘਰ ਦੇ ਪਹਿਲਾਂ ਪਤਾ ਨਹੀਂ ਲੱਗਣ ਦੇਣਗੇ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ। ਪਰ ਮੈਂ ਇਸ ਗੱਲ ਦੀ ਕੋਈ ਗਰੰਟੀ ਨਹੀਂ ਲੈ ਸਕਦਾ ਵੀ ਕੁੜੀ ਮਿਲੇਗੀ ਜਾਂ ਨਹੀਂ। ਉਹ ਵਿਚੋਲਾ ਸਾਹਿਬ, ਜੱਸੀ ਵਾਸਤੇ ਆਪਾਂ ਨੂੰ ਸਿਆਣੀ ਕੁੜੀ ਨਹੀਂ ਚਾਹੀਦੀ, ਉਹੀ ਤਾਂ ਹੱਲ ਹੋਊਗਾ। ਵੇਖੋ, ਮੇਰੇ ਲਈ ਇੱਕ ਸਕੀਮ ਹੈ, ਤੁਸੀਂ ਨੂੰ ਬਣਾ ਕੇ ਨਹੀਂ ਖਰੀਦ ਕੇ ਲਿਆ ਸਕਦੇ ਹੋ। ਖਰੀਦ ਕੇ ਲਿਆ ਸਕਦੇ ਹੋ? ਕੀ ਮਤਲਬ ਤੇਰਾ? ਮਤਲਬ ਕਿ ਜੇ ਤੁਸੀਂ ਇੰਨਾ ਕਹਿ ਰਹੇ ਹੋ, ਆਪਾਂ ਕੁੜੀ ਨੂੰ ਦਾਜ ਲੈ ਕੇ ਨਹੀਂ, ਕੁੜੀ ਨੂੰ ਦਾਜ ਦੇ ਕੇ ਵਿਆਹ ਕੇ ਲਿਆ ਸਕਦੇ ਹਾਂ। ਦਾਜ ਦੇ ਕੇ? ਇਹਦਾ ਮਤਲਬ ਕੁੜੀ ਦੇ ਪਰਿਵਾਰ ਨੂੰ ਪੈਸੇ ਦੇ ਕੇ ਕੁੜੀ ਵਿਆਹ ਕੇ ਲਿਆਵਾਂਗੇ? ਫਿਰ ਤਾਂ ਆਪਣੇ ਇਸ਼ਾਰਿਆਂ ਦੇ ਕੰਮ ਕਰੂ ਨਾ ਕੁੜੀ। ਹਾਂਜੀ, ਹਰ ਕੰਮ ਤੁਹਾਡੇ ਕਹਿਣ ਦੇ ਮੁਤਾਬਕ ਹੀ ਕਰੂਗੀ, ਤੁਸੀਂ ਦੱਸੋ ਮਨਜ਼ੂਰ ਹੈ ਕਿ ਨਹੀਂ। ਪਚੋਲਾ ਸਾਹਿਬ, ਦਾਜ ਦੇ ਕੇ ਲਿਆਉਣਾ ਤਾਂ ਥੋੜ੍ਹਾ ਔਖਾ ਹੈ, ਪਰ ਜੇ ਮੇਰੇ ਮੁਤਾਬਕ ਚੱਲੂ ਮੈਂ ਦਾਜ ਦੇ ਵੀ ਦੂੰਗਾ। ਪਰ ਗੱਲ ਧਿਆਨ ਰੱਖੀ, ਲਾਪਰਵਾਹੀ ਨਹੀਂ ਹੋਣੀ ਚਾਹੀਦੀ ਕੋਈ। ਤੁਸੀਂ ਬਸ ਜੱਸੀ ਨੂੰ ਮਨਾਓ, ਬਾਕੀ ਕੰਮ ਤੁਸੀਂ ਮੇਰੇ 'ਤੇ ਛੱਡੋ। ਚਲੋ ਚੰਗਾ ਫਿਰ। ਠੀਕ ਆ ਜੀ, ਸਤਿ ਸ਼੍ਰੀ ਅਕਾਲ। ਚੱਲ ਹੁਣ ਮੈਂ ਸ਼ਾਮ ਨੂੰ ਜੱਸੀ ਨਾਲ ਗੱਲ ਕਰ ਲੈਂਦਾ। ਲੈ ਦੁੱਧ ਨੂੰ ਵੀ ਵਾਲਾ ਆ ਗਿਆ, ਮੈਨੂੰ ਵੀ ਰਸਾਂ ਵੀ ਦਿੰਦੀ ਆ। ਹਾਏ, ਹੁਣ ਤਾਂ ਡੁੱਲ ਗਿਆ, ਹੁਣ ਕੀ ਕਰੂੰਗੀ। ਨੀ ਕੁੜੀਏ, ਕੀ ਕਰਤਾ? ਡੋਲਤਾ ਦੁੱਧ? ਨਾ ਤੇਰੇ ਹੱਥ ਟੁੱਟੇ ਹੋਏ ਨੇ, ਸਹੂਰ ਨਾਲ ਚੱਕ ਲਿਆ ਕਰ ਇਹਨੂੰ। ਰੋਟੀ ਤਾਂ ਤੇਰੇ ਹੱਥ ਚੋਂ ਡਿੱਗਦੀ ਨੀ, ਭਾਂਡੇ ਦੜਕ ਦੜਕ ਭੰਨੀ ਜਾਂਦੀ ਆ, ਪੈਸੇ ਲੱਗਦੇ ਨਾ ਤੇਰੇ, ਸੀਦ ਨੀ ਆਉਂਦੇ। ਮਾਸੀ ਜੀ, ਮੈਂ ਕਿਹੜਾ ਜਾਣ ਕੇ ਡੋਲਿਆ, ਮੈਂ ਤਾਂ ਚੱਕਣ ਲੱਗੀ ਸੀ, ਉਹ ਗਰਮ ਸੀ, ਹੱਥ ਚੋਂ ਛੁੱਟ ਗਿਆ। ਨਾਲੇ ਸਾਰਾ ਦੁੱਧ ਥੋੜੀ ਡੁੱਲਿਆ, ਥੋੜਾ ਜਿਹਾ ਡੁੱਲਿਆ ਬਸ। ਬਸ ਐਂ ਕਹਿਦੇ ਕਰ, ਥੋੜਾ ਜੀ ਡੁੱਲਿਆ ਥੋੜਾ ਜੀ, ਨੁਕਸਾਨ ਜੋਕਰੀ ਰੱਖੀ ਹੋਈ ਆ ਇੱਥੇ ਤੂੰ। ਮੈਂ ਤੂੰ ਮੇਰੀ ਮਾਂ ਨਾਲ ਜਮਾਨ ਲਾਉਣ ਨੀ ਦਿੰਦਾ ਨੀ ਤੈਨੂੰ, ਅਕਲ ਉਕਲ ਹੈਗੀ ਹੈ ਨਾ, ਮਾੜਾ ਮੋਟਾ ਦਿਮਾਗ ਤੂੰ ਕੰਮ ਲੈ ਲਿਆ ਕਰ, ਤੇ ਪਾ ਰੱਖੇ ਨੇ। ਮੈਂ ਤਾਂ ਕੁਛ ਵੀ ਨੀ ਕਿਹਾ। ਚੱਲ ਉੱਧਰ ਮੁੰਡਿਆ। ਨਾਲੇ ਤਾਂ ਸਾਰਾ ਦਿਨ ਇਹਨਾਂ ਨੂੰ ਕੰਮ ਕਰ ਕਰ ਦੇਵਾਂ, ਨਾਲੇ ਇਹਨਾਂ ਦੀ ਕੁੱਟ ਵੀ ਚੱਲਾਂ। ਇਹਨਾਂ ਤਾਂ ਮੇਰੇ ਤੋਂ ਦੁੱਧ ਵੀ ਨੀ ਡੁੱਲਿਆ, ਜਿੰਨੀਆਂ ਮੈਨੂੰ ਮਾਂ ਪੁੱਤ ਗੱਲਾਂ ਸੁਣਾ ਗਏ। ਪਤਾ ਨੀ ਕਿਉਂ ਰੱਬਾ, ਤੂੰ ਮੇਰਾ ਵੈਰੀ ਕਾਹਤੋਂ ਬਣ ਗਿਆ। ਲੈ ਜੱਸੀ ਵੀ ਆ ਗਿਆ, ਆ ਜਾ ਜੱਸੀ, ਬਹਿ ਜਾ ਪੁੱਤ। ਬੈਠਾ ਬਾਪੂ। ਲੈ ਮੈਂ ਤੇਰੇ ਰੋਟੀ ਲੈ ਕੇ ਆਉਣਾ ਪੁੱਤ, ਤੂੰ ਥੱਕਿਆ ਹੋਇਆ ਆ। ਰੋਟੀ ਤਾਂ ਭੁੱਖ ਨਹੀਂ ਬਾਪੂ, ਚਲੋ ਐਂ ਕਰੋ ਪਾਣੀ ਲਿਆ ਦੋ ਮੈਨੂੰ। ਚਲੋ ਪਾਣੀ ਲਿਆ ਦੋ ਯਾਰ, ਬਾਪੂ ਦੀ ਮੈਨੂੰ ਸਮਝ ਲੱਗਦੀ।
ਕਦੇ ਇਹਨਾਂ ਲਈ ਮੈਂ ਸਾਰਾ ਕੁਛ ਪਿਆਰਾ ਹੁੰਦਾ, ਕਦੇ ਇਹਨਾਂ ਲਈ ਮੈਂ ਪਿਆਰਾ ਹੁੰਦੀ ਨਹੀਂ ਹੈਗਾ ਯਾਰ, ਸਮਝ ਨਹੀਂ ਆਉਂਦੀ। ਚੱਲ ਕੋਈ ਨਾ, ਮੈਂ ਗੱਲ ਲੈ ਪੁੱਤ ਪਾਣੀ ਪੀ ਤੂੰ। ਹਾਂ ਬੋਲੋ ਬਾਪੂ ਜੀ। ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਸੀ ਇੱਕ। ਹਾਂਜੀ ਬਾਪੂ ਜੀ, ਜ਼ਰੂਰ ਕਰਾਂਗੇ ਗੱਲਾਂ। ਦੱਸੋ ਕੀ ਗੱਲ ਕਰਨੀ ਆ? ਤੁਸੀਂ ਐਂ ਦੱਸੋ ਬਾਪੂ, ਮੇਰਾ ਵੱਡਾ ਭਾਈ ਠੀਕ ਰਹਿੰਦਾ? ਮੇਰੇ ਤਾਂ ਕੰਮ ਦੇ ਚੱਕਰਾਂ 'ਚ ਉਹਦੇ ਨਾਲ ਗੱਲ ਹੀ ਨਹੀਂ ਹੁੰਦੀ ਹੈਗੀ। ਪੁੱਤ ਗੱਲ ਤਾਂ ਮੇਰੀ ਵੀ ਨਹੀਂ ਹੋਈ, ਤੈਨੂੰ ਪਤਾ ਵਿਦੇਸ਼ਾਂ ਵਿੱਚ ਕੰਮ ਕਰਦੇ ਨੇਗੇ, ਉਹ ਤਾਂ ਸ਼ਿਫਟਾਂ ਵਿੱਚ ਉਲਝਿਆ ਰਹਿੰਦਾ ਗਾ, ਕਿੱਥੇ ਉਹਨੂੰ ਟਾਈਮ ਲੱਗਦਾ ਪੁੱਤ ਗੱਲ ਕਰਨ ਦਾ। ਇਹ ਤਾਂ ਗੱਲ ਸਹੀ ਆ ਬਾਪੂ, ਵੱਡੇ ਭਾਈ ਨੂੰ ਤਾਂ ਸ਼ਿਫਟਾਂ ਨਹੀਂ ਮਾਰ ਲਿਆ। ਤੁਸੀਂ ਦੱਸੋ ਬਾਪੂ ਕੀ ਜ਼ਰੂਰੀ ਗੱਲ ਕਰਨੀ ਮੇਰੇ ਨਾਲ? ਪੁੱਤ ਮੈਂ ਤਾਂ ਤੈਨੂੰ ਇਹ ਕਹਿੰਦਾ ਸੀਗਾ, ਤੇਰਾ ਵੱਡਾ ਭਾਈ ਤਾਂ ਦੇਖ ਵਿਦੇਸ਼ ਵਿੱਚ ਹੈਗਾ, ਹੁਣ ਮੇਰੀ ਵੀ ਸੁੱਖ ਨਾਲ ਵੱਡੀ ਉਮਰ ਹੋ ਗਈ, ਘਰ ਆਪਾਂ ਨੂੰ ਔਖਾ ਹੈ। ਮੈਂ ਚਾਹੁੰਦਾ ਸੀ ਤੇਰਾ ਵਿਆਹ ਕਰ ਦਈਏ, ਨਾਲੇ ਤੂੰ ਵੀ ਜੋਬ 'ਤੇ ਜਾਣਾ ਪੁੱਤ, ਸੁੱਖ ਨਾਲ ਘਰ ਰੌਣਕਾਂ ਲੱਗ ਜਾਣਗੀਆਂ, ਰੋਟ ਟੁੱਕ ਪੱਕਦੀ ਹੋ ਜੂ ਆਪਣੀ। ਤੂੰ ਸ਼ੇਰਾ ਵਿਆਹ ਕਰਵਾ ਲਾ, ਤੇਰੀ ਉਮਰ ਹੋ ਗਈ ਹੁਣ। ਉਹ ਬਾਪੂ ਤੁਹਾਨੂੰ ਵੀ ਪਤਾ ਮੈਂ ਛੋਟੀ ਮੋਟੀ ਨੌਕਰੀ ਕਰਦਾ, ਅਤੇ ਨਾਲੇ ਮੇਰੀ ਪੜ੍ਹਾਈ ਵੀ ਅੱਧ ਵਿਚਕਾਰ ਪਈ ਆ, ਮੈਂ ਵਿਆਹ ਬਾਰੇ ਕਿਵੇਂ ਸੋਚ ਸਕਦਾ ਭਲਾਂ ਦੀ? ਉਹ ਪੁੱਤ ਇਹ ਮੈਨੂੰ ਵੀ ਪਤਾ ਹੈ ਵੀ ਤੇਰੀ ਛੋਟੀ ਹੀ ਨੌਕਰੀ ਆ, ਪਰ ਘਰ ਦਾ ਕੰਮ ਕਾਜ ਕਿੰਨਾ ਵਧੀਆ ਪੁੱਤ, ਤੈਨੂੰ ਫਿਕਰ ਕਰਨ ਦੀ ਕੀ ਲੋੜ ਹੈ? ਕਿੰਨਾ ਸੋਹਣਾ ਕੰਮ ਆਪਣਾ ਹੈਗਾ ਗਾ, ਆਪੀ ਚੱਲੀ ਜੂਗਾ ਪੁੱਤ, ਫਿਕਰ ਨਾ ਕਰ ਤੂੰ। ਚਲੋ ਬਾਪੂ ਹੁਣ ਫਿਰ ਮੈਂ ਤੁਹਾਨੂੰ ਕੀ ਬੋਲਾਂ, ਜਿਵੇਂ ਤੁਹਾਨੂੰ ਸਹੀ ਲੱਗਦਾ ਕਰ ਲਓ ਫਿਰ। ਹਾਂ ਚਲੋ ਵਧੀਆ ਹੋਇਆ ਪੁੱਤ, ਮੈਨੂੰ ਤੇਰੀ ਹਾਂ ਹੀ ਚਾਹੀਦੀ ਸੀ। ਚਲੋ ਹੁਣ ਪਿਚੋਲੇ ਨਾਲ ਗੱਲ ਕਰਦਾ। ਚਲੋ ਠੀਕ ਹੈ, ਠੀਕ ਹੈ ਬਾਪੂ। ਬਾਪੂ ਦੀ ਗੱਲ ਸਹੀ ਆ, ਔਰਤ ਬਿਨਾਂ ਘਰ ਘਰ ਨਹੀਂ ਲੱਗਦਾ। ਜੇ ਮੇਰਾ ਵਿਆਹ ਹੋ ਗਿਆ ਨਾ, ਘੱਟੋ ਘੱਟ ਘਰ ਤਾਂ ਖੇੜਾ ਖੇੜਾ ਜਿਹਾ ਵਧੀਆ ਲੱਗੂਗਾ। ਚਲੋ ਚਲੋ ਫਿਰ ਮੈਂ ਮੰਨੀ ਜਾਂਦਾ ਵਿਆਹ ਨੂੰ। ਵੀਰੇ ਮੰਮੀ ਅੰਦਰ ਹੀ ਆ, ਬਗ ਜਾ ਤੂੰ ਮੰਮੀ ਕੋਲੇ। ਸ਼ੁਕਰ ਆ ਬਲਾ ਟਲੀ, ਪਤਾ ਨੀ ਕਿਹੜੀ ਗੱਲ ਦਾ ਗੁੱਸਾ, ਬਾਹਰੋਂ ਆ ਕੇ ਮੇਰੇ ਤੇ ਕੱਢਣਾ ਸੀ ਹੁਣ ਇਹਨੇ। ਮਾਂ ਹਾਂ, ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ। ਕੀ ਗੱਲ ਕਰਨੀ ਆ ਪੁੱਤ? ਲੈ ਇਹ ਤਾਂ ਪੁੱਤ ਵਧੀਆ ਗੱਲ ਹੈ, ਕਹਿੰਦੇ ਨਹੀਂ ਹੁੰਦੇ ਜੁੱਗ ਨੂੰ ਜੁੱਗ ਟੱਕਰ ਗਿਆ, ਪਰ ਅੱਗੇ ਕੀ ਕਰਾਂਗੇ? ਪਹਿਲਾਂ ਤਾਂ ਮਾਂ ਤੂੰ ਪਿਆਰ ਨਾਲ ਗੱਲ ਕਰੀ ਮਨਪ੍ਰੀਤ ਨਾਲ, ਨਾਲੇ ਉਹਨੂੰ ਆਪਣੀ ਕਿਸੇ ਗੱਲ 'ਤੇ ਸ਼ੱਕ ਨਹੀਂ ਹੋਣਾ ਚਾਹੀਦਾ, ਫਿਰ ਗੱਲਾਂ ਗੱਲਾਂ ਵਿੱਚ ਗੱਲ ਕਰ ਲਈ ਤੂੰ ਉਹਦੇ ਨਾਲ। ਠੀਕ ਹੈ ਪੁੱਤ, ਦੇਖਦੀ ਹਾਂ ਮੈਂ, ਪਹਿਲਾਂ ਤਾਂ ਉਹਨੂੰ ਮਨਾਉਂਦੀ ਹਾਂ ਪਿਆਰ ਨਾਲ, ਜੇ ਪਿਆਰ ਨਾਲ ਨਾ ਮੰਨੀ ਫਿਰ ਤੈਨੂੰ ਪਤਾ ਹੀ ਹੈ ਵੀ ਮੈਂ ਕਿਵੇਂ ਮਨਾਉਂਗੀ ਉਹਨੂੰ। ਪਰ ਮੈਂ ਕਿਉਂ ਇੰਨੀ ਟੈਨਸ਼ਨ ਲਈ ਆ, ਮੇਰੇ ਨਾਲ ਤਾਂ ਕੋਈ ਗੱਲ ਕਰਨ ਚਾਹੇ ਨਾ ਕਰਨ, ਮੈਂ ਕੀ ਲੈਣਾ, ਕਿਉਂਕਿ ਮੈਂ ਤਾਂ ਇਸ ਘਰ 'ਚ ਹੋਈ ਜਾਂ ਨਾ ਹੋਈ ਇੱਕ ਬਰਾਬਰ ਹਾਂ। ਖਾਸ ਰੱਬਾ ਮੇਰਾ ਵੀ ਪਰਿਵਾਰ ਹੁੰਦਾ, ਮੇਰੇ ਵੀ ਮੰਮੀ ਡੈਡੀ ਹੁੰਦੇ, ਭੈਣ ਭਰਾ ਹੁੰਦੇ, ਮੈਨੂੰ ਵੀ ਇੰਨਾ ਪਿਆਰ ਨਸੀਬ ਹੋਣਾ ਸੀ, ਉਹਨਾਂ ਨੇ ਮੇਰੇ ਨਾਲ ਹਰ ਗੱਲ ਕਰਿਆ ਕਰਨੀ ਸੀ। ਪਤਾ ਨਹੀਂ ਮੈਂ ਕੀ ਰੱਬ ਦਾ ਮਾੜਾ ਕਰਤਾ ਜਿਹੜਾ ਉਹਨੇ ਮੇਰੇ ਇੰਨੇ ਮਾੜੇ ਕਰਮ ਲਿਖ ਕੇ ਭੇਜਿਆ। ਮਨਪ੍ਰੀਤ ਤੇਰੇ ਨਾਲ ਗੱਲ ਕਰਨੀ ਤੀ ਪੁੱਤ, ਇੱਕ ਕਮਾਲ ਹੈ, ਅੱਜ ਸੂਰਜ ਕਿੱਧਰੋਂ ਚੜ ਗਿਆ ਵੀ ਮਾਸੀ ਨੇ ਕੋਈ ਮੇਰੇ ਨਾਲ ਗੱਲ ਕਰਨੀ ਹੈ। ਹਾਂਜੀ ਮਾਸੀ ਜੀ, ਦੱਸੋ ਕੀ ਗੱਲ ਕਰਨੀ ਆ?
ਮੈਂ ਕਹਿੰਦੀ ਪੁੱਤ ਤੈਨੂੰ ਵੀ ਤੇਰੇ ਵੀ ਵਿਆਹ ਦੀ ਉਮਰ ਹੋ ਗਈ, ਵਿਚੋਲੇ ਨੇ ਦੱਸ ਪਾਈ ਹੈ ਮੁੰਡਾ ਵਧੀਆ ਪੜ੍ਹਿਆ ਲਿਖਿਆ ਅਤੇ ਨੌਕਰੀ 'ਤੇ ਲੱਗਿਆ ਹੋਇਆ। ਮਾਸੀ ਜੀ ਹਜੇ ਇੰਨੀ ਜਲਦੀ ਕੀ ਹੋਇਆ ਮੇਰਾ ਵਿਆਹ ਕਰਨ ਨੂੰ, ਨਾਲੇ ਫਿਰ ਕੀ ਹੋ ਗਿਆ ਜੇ ਵਿਚੋਲੇ ਨੇ ਦੱਸ ਪਾ ਦਿੱਤੀ, ਰਿਸ਼ਤੇ ਤਾਂ ਹੁਣ ਆਉਂਦੇ ਜਾਂਦੇ ਰਹਿਣਗੇ। ਇਹ ਥੋੜ੍ਹੀ ਆ ਵੀ ਜੇ ਆਪਾਂ ਨੂੰ ਇੱਕ ਰਿਸ਼ਤਾ ਵਧੀਆ ਮਿਲ ਗਿਆ ਪਹਿਲੇ ਰਿਸ਼ਤੇ 'ਤੇ ਆਪਾਂ ਅੱਖ ਰੱਖ ਲੈਣੀ ਆ ਵੀ ਹਾਂ ਬਸ ਵਧੀਆ, ਨਾਲੇ ਹਜੇ ਮੈਂ ਵਿਆਹ ਨਹੀਂ ਕਰਵਾਉਣਾ। ਮਾਸੀ ਜੀ ਦੇਖ ਪੁੱਤ ਬੁਰੀ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਦਾ, ਤੈਨੂੰ ਕੁੱਟਮਾਰ ਕਰਦਾ ਹੈਗਾ, ਵਧੀਆ ਰਹੇਗੀ ਰਿਸ਼ਤੇ ਲਈ ਹਾਂ ਕਰਦੇ। ਮਾਸੀ ਜੀ ਤੁਸੀਂ ਤਾਂ ਕਹਿੰਦੇ ਹੋ ਵੀ ਮੁੰਡਾ ਨੌਕਰੀ 'ਤੇ ਲੱਗਿਆ, ਜੇ ਫਿਰ ਮੁੰਡਾ ਆਪ ਨੌਕਰੀ ਕਰਦਾ ਤਾਂ ਉਹਨੇ ਮੈਨੂੰ ਅਨਪੜ੍ਹ ਨੂੰ ਪਸੰਦ ਕਿਵੇਂ ਕਰ ਲਿਆ? ਇਹ ਗੱਲਾਂ ਦਾ ਤਾਂ ਪੁੱਤ ਮੈਨੂੰ ਪਤਾ ਨਹੀਂ ਹੈਗਾ, ਪਰ ਤੇਰਾ ਗੁਰੀ ਨੇ ਰਿਸ਼ਤਾ ਪੱਕਾ ਕਰਤਾ। ਪੱਕਾ ਵੀ ਕਰ ਮਾਂ, ਮੰਨਦੀ ਹੈਗਾ ਮੰਨਦੀ ਨਹੀਂ ਮਨਾਉਣਾ ਤਾਂ ਮੈਨੂੰ ਆਉਂਦਾ ਹੈ। ਗੁਰੀ ਤੇਰੀ ਭੈਣ ਲੱਗਦੀ ਆ ਇਹ, ਇੰਨੇ ਜ਼ੁਲਮ ਤੂੰ ਨਾ ਕਰਿਆ ਕਰ, ਇਹ ਤਾਂ ਤੈਨੂੰ ਵੀਰਾ ਵੀਰਾ ਕਹਿੰਦੀ ਨਹੀਂ ਥੱਕਦੀ। ਮਾਂ ਭੈਣ ਲੱਗਦੇ ਤਾਂ ਭੈਣ ਬਣ ਕੇ ਰਹੇ, ਮੈਂ ਰਿਸ਼ਤਾ ਪੱਕਾ ਕਰਤਾ ਇਹਦਾ, ਹੁਣ ਮੈਨੂੰ ਕੋਈ ਡਰਾਮਾ ਨਹੀਂ ਚਾਹੀਦਾ, ਕੱਲ ਨੂੰ ਮੁੰਡੇ ਵਾਲੇ ਆ ਰਹੇ ਨੇ। ਦੇਖ ਲੈ ਧੀਏ ਫੈਸਲਾ ਤੇਰੇ ਹੱਥ 'ਚ, ਕੀ ਕਰਨਾ ਕੀ ਨਹੀਂ ਇਹ ਤਾਂ ਹੁਣ ਤੂੰ ਆਪ ਹੀ ਸੋਚ ਕੇ ਦੱਸ ਦੇ। ਮੈਨੂੰ ਸਭ ਪਤਾ ਮਾਸੀ ਜੀ, ਇਹ ਸਾਰਾ ਕੁਛ ਤੁਸੀਂ ਨਾ ਜਾਣ ਬੁੱਝ ਕੇ ਕਰ ਰਹੇ ਹੋ, ਜਿੰਨੇ ਚੰਗੇਪਣ ਦਾ ਦਿਖਾਵਾ ਮੇਰੇ ਅੱਗੇ ਕਰਕੇ ਨਾ ਉਹਨੇ ਚੰਗੇ ਤਾਂ ਤੁਸੀਂ ਦੋਨੋਂ ਹੈ ਨਹੀਂ ਗੇ। ਨਾਲੇ ਵੀਰੇ ਦੀ ਕੀ ਮਜਾਲ ਹੈ ਵੀ ਉਹ ਮਾਸੀ ਦੇ ਘਰ ਹੁੰਦਿਆਂ ਮੇਰੇ 'ਤੇ ਹੱਥ ਚੱਕ ਜੇ, ਸਾਰਾ ਕੁਛ ਮਾਸੀ ਆਪਦੀ ਸ਼ਹਿਰ 'ਤੇ ਹੀ ਕਰਵਾਉਂਦੀ ਹੈ, ਤਾਂ ਹੀ ਵੀਰਾ ਮੈਨੂੰ ਕੁੱਟਦਾ ਮਾਰਦਾ। ਨਹੀਂ ਐਡਾ ਤਾਂ ਕੋਈ ਪਾਗਲ ਨਹੀਂ ਹੁੰਦਾ ਵੀ ਕਿਸੇ 'ਤੇ ਹੱਥ ਚੱਕਦੇ ਉਹ ਵੀ ਬਿਨਾਂ ਮਤਲਬ ਤੋਂ। ਚੱਲ ਸ਼ੁਕਰ ਹੈ ਮੇਰਾ ਰਿਸ਼ਤਾ ਆਪ ਹੀ ਪੱਕਾ ਕਰਤਾ, ਘੱਟੋ ਘੱਟ ਮੈਂ ਇਸ ਨਰਕ 'ਚੋਂ ਤਾਂ ਨਿਕਲ ਜੂੰਗੀ। ਬਸ ਰੱਬਾ ਇੰਨੀ ਕੁ ਸੁੱਖ ਰੱਖੀ ਅਤੇ ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੀ ਵੀ ਜਿਹੜਾ ਮੁੰਡਾ ਇਹਨਾਂ ਨੇ ਲੱਭਿਆ ਹੋਵੇ ਨਾ ਉਹ ਬਸ ਇਹਨਾਂ ਨੇ ਆਪਦੇ ਅਰਗਾ ਨਾ ਲੱਭਿਆ ਹੋਵੇ, ਉਹ ਇਹਨਾਂ ਨੂੰ ਕੋਈ ਜਲਾਦ ਨਾ ਹੋਵੇ, ਸਿਰਫ ਚੰਗਾ ਚੰਗਾ ਹੋਵੇ। ਮਾਂ ਮਨਪ੍ਰੀਤ ਸੋਚਦੀ ਹੋਊਗੀ ਮੈਂ ਇਸ ਨਰਕ 'ਚੋਂ ਨਿਕਲ ਕੇ ਖੁਸ਼ ਹੋਊਂਗੀ, ਪਰ ਉਹਨੂੰ ਕੀ ਪਤਾ ਉਹ ਇੱਕ ਨਰਕ 'ਚੋਂ ਨਿਕਲ ਕੇ ਦੂਸਰੇ ਨਰਕ 'ਚ ਜਾ ਰਹੀ ਆ। ਹਾਂ ਪੁੱਤ ਇਹ ਤਾਂ ਗੱਲ ਤੇਰੀ ਠੀਕ ਹੈ। ਮਾਂ ਉਹ ਤਾਂ ਸੋਚ ਵੀ ਨਹੀਂ ਸਕਦੀ ਉਹਦਾ ਮੈਂ ਰਿਸ਼ਤਾ ਕਿਵੇਂ ਪੱਕਾ ਕੀਤਾ। ਉਹ ਗੁਰੀ ਬਾਈ ਕਿਵੇਂ ਆ? ਆ ਜਾ ਬਈ ਆ ਜਾ। ਆ ਗਿਆ ਆ ਗਿਆ। ਹੋਰ ਸੁਣਾ ਫਿਰ? ਵਧੀਆ ਵਧੀਆ, ਤੂੰ ਦੱਸ ਹੋਰ ਠੀਕ ਠਾਕ ਆ? ਹਾਂ ਠੀਕ ਆ ਯਾਰ, ਬਸ ਪੁੱਛਣਾ ਸਾਡਾ ਕੀ ਕੰਮ ਵਿਚੋਲਿਆਂ ਦਾ, ਇੱਕ ਘਰੋਂ ਨਿਕਲ ਜਾ ਦੂਜੇ ਘਰ ਵੜ ਜਾ, ਸਾਡਾ ਤਾਂ ਇਹੀ ਕੰਮ ਹੋਇਆ ਪਿਆ। ਉਹ ਇਹੋ ਜਿਹੀ ਕੀ ਗੱਲ ਹੋ ਗਈ ਦੱਸ ਤਾਂ ਸਹੀ। ਆਹੀ ਗੱਲ ਆ, ਉਹ ਇਹ ਗੱਲ ਦੀ ਟੈਨਸ਼ਨ ਨਾ ਲੈ, ਤੂੰ ਮੈਨੂੰ ਐਂ ਦੱਸ ਮੁੰਡੇ ਦੇ ਘਰ ਦੇ ਕਿੰਨੇ ਕੁ ਪੈਸੇ ਦੇ ਸਕਦੇ ਨੇ? ਉਹ ਮੁੰਡੇ ਦੇ ਘਰ ਦੇ ਤਾਂ ਮੂੰਹੋਂ ਮੰਗੀ ਕੀਮਤ ਦੇਣ ਨੂੰ ਤਿਆਰ ਨੇ, ਬਸ ਗੱਲ ਇੱਕ ਆ ਵੀ ਮੁੰਡਾ ਕੁੜੀ ਦੀ ਆਪਸ ਵਿੱਚ ਬਣਨੀ ਨਹੀਂ ਚਾਹੀਦੀ। ਉਹ ਕੁੜੀ ਤਾਂ ਇੰਚ ਵੀ ਨਹੀਂ ਬਾਹਰ ਸਾਥੋਂ, ਤੂੰ ਮੁੰਡੇ ਦੇ ਘਰਦਿਆਂ ਨਾਲ ਜਾ ਕੇ ਗੱਲ ਕਰ, ਫਿਰ ਦੱਸ ਕੀ ਕਹਿੰਦੇ ਨੇ। ਚੱਲ ਬਾਈ ਮੈਂ ਕਰਦਾ ਉਹਨਾਂ ਨਾਲ ਜਾ ਕੇ ਗੱਲ, ਜਿਹੜੀ ਗੱਲ ਹੋਈ ਮੈਂ ਤੈਨੂੰ ਫੋਨ 'ਤੇ ਦੱਸ ਦੂੰਗਾ ਫਿਰ। ਹਾਂ ਦੱਸਦੀ ਦੱਸਦੀ। ਚੰਗਾ ਬਾਈ ਫਿਰ। ਠੀਕ ਆ ਠੀਕ ਆ। ਤਾਂ ਮੁੰਡੇ ਦੇ ਘਰ ਬਾਰ ਬਾਰੇ ਪਤਾ ਕੀਤਾ? ਆਪਾਂ ਘਰ ਬਾਰ ਤੋਂ ਕੀ ਲੈਣਾ, ਆਪਾਂ ਤਾਂ ਪੈਸੇ ਤੱਕ ਮਤਲਬ ਆ, ਆਪਾਂ ਕੀ ਕਰਨਾ ਘਰ ਬਾਰ ਪੁੱਛ ਕੇ? ਨਾ ਕੱਲ੍ਹ ਨੂੰ ਦੋ ਲੋਕ ਕੀ ਕਹਿਣਗੇ ਵੀ ਇਹਨਾਂ ਨੇ ਕੀ ਦੇਖ ਕੇ ਰਿਸ਼ਤਾ ਕੀਤਾ। ਮਾਂ ਤੂੰ ਬਾਲਾ ਨਾ ਸੋਚ,
ਮੁੰਡਾ ਵਧੀਆ ਨੌਕਰੀ ਕਰਦਾ ਗਾ, ਨਾਲੇ ਹੁਣ ਜ਼ਮੀਨ ਜਾਇਦਾਦ ਮਨਪ੍ਰੀਤ ਦੀ ਸਾਰੀ ਮੇਰੇ ਨਾਲ ਹੋ ਜੂਗੀ ਅਤੇ ਵਿਆਹ 'ਤੇ ਸਾਰਾ ਖਰਚਾ ਉਹ ਆਪ ਕਰਨਗੇ, ਇੱਥੋਂ ਤੱਕ ਕਿ ਸਾਰਾ ਸਮਾਨ ਵਿਆਹ ਦਾ ਉਹ ਆਪ ਲੈਣਗੇ। ਉਹ ਤਾਂ ਮੁੰਡੇ ਦੇ ਘਰਦਿਆਂ 'ਚ ਕੋਈ ਤਾਂ ਕਮੀ ਹੋਊਗੀ, ਨਹੀਂ ਅਨਪੜ੍ਹ ਕੁੜੀ ਦਾ ਰਿਸ਼ਤਾ ਕੌਣ ਲੈਂਦਾ, ਨਾਲੇ ਉਹ ਵੀ ਆਪ ਦਾਜ ਦੇ ਕੇ। ਮਾਂ, ਮੁੰਡੇ ਦੇ ਪਿਓ ਦੀ ਸ਼ਰਤ ਸੀ, ਨਾਲੇ ਆਪਾਂ ਕੀ ਲੈਣਾ, ਆਪਣੇ ਘਰੋਂ ਗ੍ਰਹਿ ਟਲਿਆ, ਆਪਾਂ ਕਿਉਂ ਦਿਮਾਗ 'ਤੇ ਬੋਝ ਪਾਈਏ। ਮਾਂ, ਜੇ ਅੱਜ ਤੂੰ ਜਾਂਦੀ ਹੁੰਦੀ ਨਾ ਤਾਂ ਆਪਣਾ ਸਾਰਾ ਪਰਿਵਾਰ ਇਕੱਠਾ ਹੁੰਦਾ, ਮੈਨੂੰ ਆਹ ਦਿਨ ਨਹੀਂ ਦੇਖਣੇ ਪੈਣੇ ਸੀ। ਮਾਂ, ਮੇਰਾ ਰਿਸ਼ਤਾ ਤਾਂ ਹੋ ਰਿਹਾ ਪਰ ਮੈਨੂੰ ਨਹੀਂ ਪਤਾ ਮੁੰਡਾ ਕੌਣ ਆ, ਕਿਹੋ ਜਿਹਾ, ਕੀ ਕਰਦਾ, ਕਿਹੋ ਜਿਹਾ ਉਹਦਾ ਪਰਿਵਾਰ ਹੋਊਗਾ। ਪਰ ਜੇ ਮੈਂ ਰਿਸ਼ਤੇ ਨੂੰ ਨਾ ਕਰਦੀ ਹਾਂ ਤਾਂ ਪੂਰੀ ਵੀ ਮੈਂ ਹੀ ਵੱਜੂਗੀ। ਇਦੋਂ ਚੰਗਾ ਤਾਂ ਰੱਬਾ ਮੈਨੂੰ ਵੀ ਮੇਰੀ ਮਾਂ ਨਾਲ ਹੀ ਮਾਰ ਦਿੰਦਾ। ਮੈਂ ਕੀ ਕਰਨਾ ਸੀ ਜਿਉਂ ਕਿ ਜਦੋਂ ਤੂੰ ਮੇਰਾ ਕੋਈ ਆਪਦਾ ਛੱਡਿਆ ਹੀ ਨਹੀਂ। ਬਸ ਪਰਮਾਤਮਾ ਮੇਰੇ ਸਿਰ 'ਤੇ ਤੂੰ ਆਪਦਾ ਮੇਰ ਭਰਿਆ ਹੱਥ ਰੱਖੀ ਵੀ ਮੈਂ ਆਪਦੇ ਸਹੁਰੇ ਪਰਿਵਾਰ ਨੂੰ ਜੋੜ ਕੇ ਰੱਖ ਸਕਾਂ। ਜਿਹੜਾ ਕੁਛ ਇਹਨਾਂ ਨੇ ਮੇਰੇ ਨਾਲ ਕੀਤਾ ਬਸ ਅਗਲੇ ਘਰ ਵਾਲੇ ਮੇਰੇ ਨਾਲ ਆ ਕੁਛ ਨਾ ਕਰਨ, ਇਹ ਨਾ ਹੋਵੇ ਵੀ ਮੈਨੂੰ ਜਾਨ ਨਾਲੋਂ ਜ਼ਿਆਦਾ ਮਰਨਾ ਪਸੰਦ ਹੋ ਜਾਵੇ। ਮਨਪ੍ਰੀਤ ਨੂੰ ਸੁਣ ਕੇ ਗੱਲ ਪੁੱਛਾ ਯਾਰ, ਹੁਣ ਤਾਂ ਤੁਹਾਡਾ ਦਿਲ ਲੱਗ ਗਿਆ ਹੋਣਾ ਇਸ ਘਰੇ। ਹਾਂਜੀ, ਦਿਲ ਤਾਂ ਮੇਰਾ ਵਧੀਆ ਲੱਗ ਗਿਆ। ਬਾਕੀ ਮਨਪ੍ਰੀਤ ਤੁਹਾਨੂੰ ਪਤਾ ਤਾਂ ਹੈਗਾ ਯਾਰ, ਮੈਂ ਤਾਂ ਸਵੇਰੇ ਜਲਦੀ ਕੰਮ 'ਤੇ ਚਲਾ ਜਾਂਦਾ ਅਤੇ ਸ਼ਾਮ ਨੂੰ 5-6 ਵੱਜ ਜਾਂਦੇ ਨੇ ਯਾਰ ਆਉਂਦੇ ਆਉਂਦੇ ਨੂੰ, ਤਾਂ ਕਰਕੇ ਤੁਹਾਨੂੰ ਮੈਂ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਨਹੀਂ ਮਿਲਿਆ। ਅਤੇ ਬਾਕੀ ਬਸ ਮੈਂ ਤਾਂ ਤੁਹਾਨੂੰ ਐਂ ਕਹੂੰਗਾ ਵੀ ਤੁਸੀਂ ਬਾਪੂ ਦਾ ਵਧੀਆ ਧਿਆਨ ਰੱਖੋ। ਕੋਈ ਗੱਲ ਨਹੀਂ ਜੱਸੀ, ਤੁਸੀਂ ਇਸ ਗੱਲ ਦੀ ਜਮ੍ਹਾਂ ਟੈਨਸ਼ਨ ਨਾ ਲਓ, ਮੈਨੂੰ ਪਤਾ ਵੀ ਘਰ 'ਚ ਸਿਰਫ ਇੱਕ ਹੀ ਤਾਂ ਜੀ ਆ, ਉਹ ਵੀ ਆਪਣੇ ਤੋਂ ਵੱਡੇ ਨੇ, ਉਹਨਾਂ ਦਾ ਧਿਆਨ ਮੈਂ ਨਹੀਂ ਰੱਖੂੰਗੀ ਤਾਂ ਹੋਰ ਕੌਣ ਰੱਖੂਗਾ। ਵੈਸੇ ਤੁਸੀਂ ਗੁੱਸਾ ਨਾ ਕਰੋ। ਹਾਂਜੀ, ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਉਦੋਂ ਤੁਸੀਂ ਕਿੱਡੇ ਕੁ ਸੀ ਜਦੋਂ ਤੁਹਾਡੀ ਮੰਮੀ ਦੀ ਡੈਥ ਹੋ ਗਈ ਸੀ, ਮਤਲਬ ਉਹ ਤੁਹਾਨੂੰ ਛੱਡ ਕੇ ਇਸ ਦੁਨੀਆ ਤੋਂ ਭੱਗ ਗਏ ਸੀ। ਮਨਪ੍ਰੀਤ, ਸੱਚ ਦੱਸਾਂ ਤਾਂ ਮੈਂ ਨਾ ਮੇਰੀ ਬੇਬੇ ਦੀ ਨਾ ਬਚਪਨ ਲਈ ਮੌਤ ਹੋ ਗਈ ਸੀ, ਇਸ ਤੋਂ ਬਾਅਦ ਸਾਨੂੰ ਬਾਪੂ ਨੇ ਹੀ ਪੜ੍ਹਾਇਆ ਲਿਖਾਇਆ ਅਤੇ ਇੱਕ ਮੇਰਾ ਭਰਾ ਹੋਰ ਆ ਮੇਰੇ ਤੋਂ ਵੱਡਾ, ਉਹ ਵਿਦੇਸ਼ ਵਿੱਚ ਰਹਿੰਦਾ। ਅਤੇ ਤੁਹਾਨੂੰ ਵੀ ਮੈਂ ਕੁਛ ਪੁੱਛਾਂ ਤਾਂ ਤੁਸੀਂ ਮਾਇੰਡ ਤਾਂ ਨਹੀਂ ਕਰਦੇ, ਤੁਸੀਂ ਵੀ ਕੁਛ ਦੱਸੋ ਨਾ ਆਪਣੇ ਬਾਰੇ। ਮੈਂ ਕੀ ਦੱਸਾਂ ਜੱਸੀ, ਮੇਰੇ ਕੋਲ ਦੱਸਣ ਨੂੰ ਕੁਛ ਹੈ ਹੀ ਨਹੀਂ, ਮੇਰੇ ਤਾਂ ਮੰਮੀ ਅਤੇ ਡੈਡੀ ਦੋਨੇ ਹੀ ਮੈਨੂੰ ਛੱਡ ਕੇ ਭੱਗ ਗਏ, ਮੈਨੂੰ ਵੀ ਮੇਰੀ ਮਾਸੀ ਨੇ ਪਾਲਿਆ ਅਤੇ ਪੜ੍ਹਾਈ ਲਿਖਾਈ ਤਾਂ ਸ਼ਾਇਦ ਮੇਰੇ ਕਰਮਾਂ 'ਚ ਹੀ ਨਹੀਂ ਲਿਖੀ ਸੀ ਰੱਬ ਨੇ। ਜੱਸੀ, ਪੜ੍ਹਾਈ ਤਾਂ ਮੈਂ ਕੁਛ ਉਹ ਜੱਸੀ, ਉਹ ਮੈਨੂੰ ਲੱਗਦਾ ਮਨਪ੍ਰੀਤ ਤੇ ਬਾਪੂ ਆਵਾਜ਼ ਮਾਰਦਾ, ਚਲੋ ਮੈਂ ਆਉਣਾ ਹੈ, ਮਾੜੇ ਬਾਪੂ ਦੀ ਗੱਲ ਸੁਣਿਆ ਪਤਾ ਨਹੀਂ ਕੀ ਕਹਿੰਦਾ। ਜੱਸੀ। ਹਾਂ ਬਾਪੂ। ਕੰਮ ਕਾਰ ਤਾਂ ਪੁੱਤਰ ਠੀਕ ਚੱਲਦਾ? ਹਾਂ, ਕੰਮ ਕਾਰ ਤਾਂ ਵਧੀਆ ਚੱਲਦਾ ਬਾਪੂ, ਬਸ ਹੁਣ ਪੇਪਰ ਜੇ ਸਟਾਰਟ ਨੇ, ਮੈਂ ਚਲੋ ਮੈਂ ਪੜ੍ਹਨਾ ਸਟਾਰਟ ਕਰਦਾ ਹੁਣ। ਉਹ ਤਾਂ ਚਲੋ ਬਹੁਤ ਸੋਹਣੀ ਗੱਲ ਆ ਪੁੱਤ, ਪੜ੍ਹਾਈ ਦੇ ਨਾਲ ਨਾਲ ਘਰ ਦੇ ਕੰਮ ਕਾਜ ਵੱਲ ਧਿਆਨ ਦੇ ਲਿਆ ਕਰ, ਖੇਤ ਚੱਕਰ ਮਾਰਿਆ ਕਰ ਮਾੜਾ ਮੋਟਾ। ਬਾਪੂ, ਮਨਪ੍ਰੀਤ ਦੇ ਹੁੰਦੇ ਮੈਨੂੰ ਘਰਾਂ ਦੇ ਕੰਮਾਂ ਦੀ ਤਾਂ ਸੋਚ ਨਹੀਂ ਹੈਗੀ, ਅਤੇ ਰਹੀ ਗੱਲ ਖੇਤੀ ਦੀ, ਇਹਨੇ ਤੁਸੀਂ 2-4 ਦਿਨ ਸਾਂਭੋ ਖੇਤੀ,
ਜੇ ਵਿੱਚ ਦੀ ਮੈਨੂੰ ਟਾਈਮ ਲੱਗਿਆ ਤਾਂ ਮੈਂ ਗੇੜਾ ਮਾਰਿਆ ਹੂੰ। ਅਤੇ ਬਾਕੀ ਮੈਂ ਤਾਂ ਐਂ ਕਹਿੰਦਾ ਸੀ ਬਾਪੂ ਆ ਮਨਪ੍ਰੀਤ ਦੇ ਵੀ ਪੇਪਰ ਕੀ ਪਤਾ ਚੱਲਦੇ ਹੁਣ ਵਿਚਾਰੀ ਦੇ, ਹੁਣ ਵੀ ਪੁੱਛੀ ਲੈਣਾ। ਮੈਂ ਇਸ ਕੁੜੀ ਨੂੰ ਆਪਣੇ ਮਤਲਬ ਲਈ ਲੈ ਕੇ ਆਇਆ ਸੀ, ਪਰ ਇਹ ਤਾਂ ਉਲਟੀ ਹੋ ਗਿਆ। ਇਹਨਾਂ ਤਾਂ ਬਣਨੀ ਬਹੁਤ ਲੱਗ ਗਈ। ਠੀਕ ਹੈ, ਉਹਨੂੰ ਪੁੱਛ ਲੈ ਕੀ ਪਤਾ ਵਿਚਾਰੀ ਡਰਦੀ ਸੰਗਦੀ, ਆਪਾਂ ਨੂੰ ਕੁਝ ਦੱਸਦੀ ਨਾ ਹੋਵੇ। ਹਾਂ ਪੁੱਛਦਾ ਬਾਪੂ। ਮਨਪ੍ਰੀਤ, ਮਨਪ੍ਰੀਤ। ਹਾਂਜੀ ਦੱਸੀ, ਦੱਸੋ। ਮਨਪ੍ਰੀਤ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਯਾਰ। ਮੈਂ ਐਵੇਂ ਕਹਿੰਦਾ ਸੀ ਮੇਰੇ ਕਮਰੇ ਵਿੱਚ ਨਾ ਸਾਇੰਸ ਦੀ ਕਿਤਾਬ ਪਈ ਹੋਣੀ, ਉਹ ਲਿਆ ਕੇ ਦਿਓ ਮੈਨੂੰ। ਕਿੱਥੇ ਪਈ ਹੋਊਗੀ ਕਿਤਾਬ? ਉਹ ਮੇਰੇ ਕਮਰੇ ਵਿੱਚ ਜਾ ਕੇ ਦੇਖ ਲਿਓ, ਕਿਤਾਬਾਂ ਵਿੱਚ ਰੱਖੀ ਪਈ ਹੋਣੀ। ਉੱਥੇ ਤੁਸੀਂ ਸਾਇੰਸ ਦੀ ਕਿਤਾਬ ਪੜ੍ਹ ਕੇ ਨਾ ਚੱਕ ਲਿਓ। ਲਿਆਉਣੀ ਆ? ਹਾਂਜੀ। ਦੇਖੀ ਲੈ, ਜੱਸੀ ਨੂੰ ਪਤਾ ਨਹੀਂ ਤਾਂ ਸਹੀ ਨਹੀਂ ਪਤਾ, ਪਤਾ ਨਹੀਂ ਜਾਣ ਬੁੱਝ ਕੇ ਮੇਰਾ ਮਜ਼ਾਕ ਉਡਾ ਰਹੇ ਨੇ। ਹੁਣ ਮੈਂ ਕਿਹੜਾ ਪੜ੍ਹੀ ਲਿਖੀ ਹਾਂ ਵੀ ਮੈਨੂੰ ਪਤਾ ਹੋਊਗਾ ਵੀ ਕਿਹੜੀ ਕਿਤਾਬ ਮੰਗਵਾਈ ਆ ਉਹਨਾਂ ਨੇ। ਹੁਣ ਮੈਂ ਕੀ ਕਰਾਂ, ਮੈਨੂੰ ਤਾਂ ਇੰਨੀਆਂ ਕਿਤਾਬਾਂ 'ਚੋਂ ਪਤਾ ਹੀ ਨਹੀਂ ਲੱਗਣਾ। ਕੀ ਕਹਿੰਦਾ ਸੀ, ਸਾਇੰਸ ਦੀ ਕਿਤਾਬ ਐਂ ਕਰਦੀ ਹਾਂ, ਕੋਈ ਵੀ ਇੱਕ ਕਿਤਾਬ ਚੱਕ ਕੇ ਲੈ ਜਾਂਦੀ ਹਾਂ। ਮੈਂ ਕਹਿ ਦੂੰਗੀ ਵੀ ਮੈਨੂੰ ਤਾਂ ਮਿਲੀ ਨਹੀਂ, ਉੱਥੇ ਹੈ ਨਹੀਂ ਸੀ। ਜੇ ਉਹੀ ਕਿਤਾਬ ਹੋਈ ਤਾਂ ਪੜ੍ਹ ਲੂਗਾ, ਨਹੀਂ ਫਿਰ ਆਪਦੀ ਆਪੇ ਲੱਭ ਕੇ ਲੈ ਜਾਊ। ਆਹ ਤਾਂ ਭਰੀ ਪਈ ਹੈ ਲੈ ਕਿਤਾਬਾਂ ਨਾਲ। ਦੇਖੀ ਜਾਊਗੀ। ਜੱਸੀ ਆ ਲੋ। ਮਨਪ੍ਰੀਤ ਤੁਹਾਡਾ ਧਿਆਨ ਕਿੱਥੇ ਯਾਰ? ਮੈਂ ਤੁਹਾਡੇ ਤੋਂ ਸਾਇੰਸ ਦੀ ਕਿਤਾਬ ਮੰਗਾਈ ਆ ਤੇ ਯਾਰ ਤੁਸੀਂ ਮੈਨੂੰ ਪੰਜਾਬੀ ਦੀ ਲਿਆ ਕੇ ਫੜਾਤੀ। ਉੱਥੇ ਤਾਂ ਇਹੀ ਪਈ ਸੀ, ਮੈਨੂੰ ਦੂਜੀ ਕਿਤਾਬ ਮਿਲੀ ਨਹੀਂ ਜੱਸੀ। ਨਾਲੇ ਮੈਨੂੰ ਨਹੀਂ ਪਤਾ ਵੀ ਸਾਇੰਸ ਦੀ ਕਿਤਾਬ ਕਿਹੜੀ ਹੁੰਦੀ ਆ। ਲੈ ਮਨਪ੍ਰੀਤ, ਐਂ ਕਿਉਂ ਨਹੀਂ ਪਤਾ ਯਾਰ ਤੈਨੂੰ ਸਾਇੰਸ ਦੀ ਕਿਤਾਬ ਕਿਹੜੀ ਹੁੰਦੀ ਆ? ਉਹਦੇ ਉੱਪਰ ਲਿਖਿਆ ਤਾਂ ਹੋਇਆ ਯਾਰ ਵੀ ਇਹ ਸਾਇੰਸ ਦੀ ਕਿਤਾਬ ਆ ਕਿ ਪੰਜਾਬੀ ਦੀ ਆ। ਤੂੰ ਜਵਾਬ ਤਾਂ ਹੈ ਨਹੀਂ ਗੀ ਵੀ ਤੈਨੂੰ ਕੁਛ ਪਤਾ ਨਾ ਹੋਵੇ। ਜੱਸੀ, ਜਦੋਂ ਫਿਰ ਮੈਨੂੰ ਪੜ੍ਹਨਾ ਲਿਖਣਾ ਹੀ ਨਹੀਂ ਆਉਂਦਾ ਫਿਰ ਤੁਸੀਂ ਮੇਰਾ ਮਜ਼ਾਕ ਕਿਉਂ ਬਣਾਈ ਜਾਂਦੇ ਹੋ? ਤੁਹਾਨੂੰ ਪਤਾ ਤਾਂ ਹੈ ਵੀ ਮੈਨੂੰ ਨਹੀਂ ਪਤਾ ਲੱਗਦਾ ਕਿਹੜੀ ਕਿਤਾਬ ਕਾਹਦੀ ਆ ਕਾਹਦੀ ਨਹੀਂ। ਪੜ੍ਹਨਾ ਲਿਖਣਾ ਨਹੀਂ ਆਉਂਦਾ ਮਤਲਬ ਕੀ ਆ ਤੁਹਾਡਾ ਕਹਿਣ ਦਾ? ਤੁਹਾਨੂੰ ਦੱਸਿਆ ਨਹੀਂ, ਮੈਂ ਨਹੀਂ ਪੜ੍ਹੀ ਲਿਖੀ ਹੈਗੀ, ਮੈਂ ਤਾਂ ਅਨਪੜ੍ਹ ਆ, ਮੈਨੂੰ ਕੁਛ ਨਹੀਂ ਪੜ੍ਹਨਾ ਲਿਖਣਾ ਆਉਂਦਾ। ਉਹ ਤਾਂ ਤੁਸੀਂ ਮੈਨੂੰ ਕਹਿਤਾ ਕਿਤਾਬ ਲਿਆ ਕੇ ਦੇ, ਫਿਰ ਮੈਨੂੰ ਜਿਹੜੀ ਮਿਲੀ ਮੈਂ ਚੱਕ ਕੇ ਲਿਆਤੀ। ਮਨਪ੍ਰੀਤ ਤੂੰ ਅਨਪੜ੍ਹ ਆ ਯਾਰ, ਅਤੇ ਤੂੰ ਆਹ ਗੱਲ ਮੈਨੂੰ ਅੱਜ ਦੱਸ ਰਹੀ ਹੈ? ਪਰ ਜੱਸੀ। ਪਰ ਕੀ? ਮਨਪ੍ਰੀਤ ਜਦ ਤੂੰ ਪੜ੍ਹੀ ਲਿਖੀ ਨਹੀਂ ਸੀ ਤੂੰ ਮੇਰੇ ਨਾਲ ਵਿਆਹ ਕਿਉਂ ਕਰਵਾਇਆ? ਬਾਪੂ ਕੀ ਆ ਇਹ, ਤੂੰ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ, ਮੇਰੇ ਪੱਲੇ ਅਨਪੜ੍ਹ ਪਾਤੀ। ਬਾਪੂ ਤੁਸੀਂ ਮੇਰੇ ਨਾਲ ਐਵੇਂ ਕਰੋਗੇ ਮੈਂ ਸੋਚਿਆ ਨਹੀਂ ਸੀ। ਪੁੱਤ ਨਾ ਨਾ, ਮੈਨੂੰ ਵੀ ਹੁਣ ਪਤਾ ਲੱਗੇ ਅਨਪੜ੍ਹ ਹੈ, ਇਹਦੇ ਘਰ ਵਾਲੇ ਨੇ ਆਪਣੇ ਨਾਲ ਧੋਖਾ ਕੀਤਾ ਗਾ। ਉਹ ਬਾਪੂ ਮੈਨੂੰ ਨਹੀਂ ਕੁਛ ਪਤਾ ਹੈਗਾ, ਮੈਂ ਇਹਨੂੰ ਅਨਪੜ੍ਹ ਨੂੰ ਨਾ ਆਪਣੀ ਘਰਵਾਲੀ ਨਹੀਂ ਬਣਾ ਕੇ ਰੱਖ ਸਕਦਾ। ਜਾਂ ਤਾਂ ਇਹਨੂੰ ਨੌਕਰਾਂ ਵਾਲੇ ਰੱਖ ਲਓ ਜਾਂ ਫਿਰ ਇਹਨੂੰ ਛੱਡੇ ਆਓ, ਬਸ ਮੈਂ ਤਾਂ ਤੁਹਾਨੂੰ ਕਹਿਤਾ। ਤੇਰੇ ਘਰਦਿਆਂ ਨੂੰ ਪਤਾ ਸੀਗਾ ਵੀ ਅਨਪੜ੍ਹ ਹੈ, ਕਿਸੇ ਨੇ ਰਿਸ਼ਤਾ ਨਹੀਂ ਲੈਣਾ, ਸਾਡੇ ਮੱਥੇ ਮਾਰੀ। ਚੱਕ ਤਾਬ ਬਗ ਦੇ ਅੰਦਰ, ਕੀ ਦੇਖਦੀ ਇੱਥੇ ਖੜੀ? ਤੇਰੇ ਵਰਗੇ ਨੂੰ ਤਾਂ ਘਰੋਂ ਕੱਢ ਦੇਣਾ ਚਾਹੀਦਾ ਗਾ। ਅਨਪੜ੍ਹ ਕਿਸੇ ਥਾਂ ਦੀ ਆ ਵਧੀਆ ਮੌਕਾ ਮਿਲ ਗਿਆ ਆਪਣਾ ਕੰਮ ਕਢਵਾਉਣ ਦਾ। ਮੈਨੂੰ ਨਹੀਂ ਪਤਾ ਸੀ ਵੀ ਮੇਰਾ ਆਪਦਾ ਵੀਰਾ ਹੀ ਮੇਰੇ ਨਾਲ ਐਂ ਕਰੂਗਾ। ਹੁਣ ਇਹਨਾਂ ਨੂੰ ਇਹ ਗੱਲ ਦੱਸਣੀ ਵੀ ਜ਼ਰੂਰੀ ਨਹੀਂ ਸਮਝੀ ਵੀ ਮੈਂ ਅਨਪੜ੍ਹ ਹਾਂ, ਇਸ ਗੱਲ ਦਾ ਵੀ ਲੁਕੋ ਰੱਖ ਲਿਆ। ਹੁਣ ਸਾਰੀ ਉਮਰ ਮੈਨੂੰ ਹੀ ਮਿਹਣੇ ਵੱਜਣੇ ਆ ਵੀ ਤੂੰ ਅਨਪੜ੍ਹ ਹਾਂ, ਤੂੰ ਧੋਖੇਬਾਜ਼ ਆ, ਪਤਾ ਨਹੀਂ ਕਿਸੇ ਦਾ ਕੀ ਵਿਗਾੜਿਆ।
ਵੀਰੇ ਦੀ ਪਤਾ ਨਹੀਂ ਮੇਰੇ ਨਾਲ ਕੀ ਦੁਸ਼ਮਣੀ ਆ, ਜਿਹੜਾ ਉਹ ਇੰਨਾ ਕੁਛ ਕਰਦਾ ਹੁੰਦਾ ਮੇਰੇ ਨਾਲ। ਜੇ ਮੈਂ ਉੱਥੇ ਰਹਿੰਦੀ ਸੀ ਉਹਨੇ ਮੈਨੂੰ ਉੱਥੇ ਨਹੀਂ ਜੀਣ ਦਿੱਤਾ। ਜੇ ਮੈਂ ਇੱਥੇ ਆ ਗਈ ਹਾਂ ਇਹਨਾਂ ਨੇ ਨਹੀਂ ਮੈਨੂੰ ਜਿਉਣ ਦੇਣਾ। ਉੱਠਦੀ ਬੈਦੀ ਨੂੰ ਤਾਨੇ ਮਾਰਿਆ ਕਰਨਗੇ ਵੀ ਇਹਨੂੰ ਅਣਪੜ੍ਹ ਨੂੰ ਕਿਸੇ ਦਾ ਚੱਜ ਨਹੀਂ। ਬਾਪੂ ਨੇ ਬਿਨਾਂ ਸੋਚੇ ਸਮਝੇ ਹੀ ਮੇਰਾ ਐਵੇਂ ਵਿਆਹ ਕਰਤਾ। ਮੈਂ ਤਾਂ ਬਾਪੂ ਦੀ ਇੱਜ਼ਤ ਕਰਦਾ ਸੀ ਤਾਂ ਕਰਕੇ ਮੈਂ ਕੁੜੀ ਦਾ ਪਤਾ ਨਹੀਂ ਕੀਤਾ, ਅਤੇ ਮਨਪ੍ਰੀਤ ਨੇ ਵੀ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਅਣਪੜ੍ਹ ਹਾਂ। ਰੱਬਾ ਜੇ ਮੈਨੂੰ ਨਹੀਂ ਪੜ੍ਹਾਇਆ ਲਿਖਾਇਆ ਤਾਂ ਇਹਦੇ ਚ ਮੇਰਾ ਤਾਂ ਦੱਸ ਦੇ ਕੀ ਕਸੂਰ ਆ। ਮੈਨੂੰ ਬਿਨਾਂ ਕਸੂਰੋਂ ਸਜ਼ਾ ਕਿਉਂ ਮਿਲਦੀ ਆ? ਉਸ ਘਰ ਚ ਤਾਂ ਮੈਂ ਸਾਰਾ ਕੁਛ ਸਹਿ ਲੈਂਦੀ ਸੀ, ਪਰ ਜੇ ਹੁਣ ਇਸ ਘਰ 'ਚ ਵੀ ਮੇਰੇ ਨਾਲ ਆਹ ਕੁਛ ਹੋਊਗਾ ਤਾਂ ਮੈਂ ਕਿੱਥੇ ਜਾਊਂਗੀ? ਮਨਪ੍ਰੀਤ ਰੋਈ ਜਾਂਦੀ ਯਾਰ, ਮੈਨੂੰ ਲੱਗਦਾ ਮੈਂ ਸਹੀ ਨਹੀਂ ਕਰ ਰਿਹਾ, ਜੋ ਹੋਣਾ ਸੀ ਉਹ ਤਾਂ ਹੋ ਗਿਆ। ਮੈਨੂੰ ਮਨਪ੍ਰੀਤ ਨੂੰ ਐਵੇਂ ਨਹੀਂ ਬੋਲਣਾ ਚਾਹੀਦਾ ਸੀ। ਚੱਲ ਹੁਣ ਮੈਂ ਕਰਦਾ, ਮਨਪ੍ਰੀਤ ਨੂੰ ਐਂ ਕਹਿਣਾ ਵੀ ਰੋਟੀ ਪਾ ਲਿਆ। ਮਨਪ੍ਰੀਤ ਆਹ ਰੋਟੀ ਪਾ ਲਿਆ ਯਾਰ, ਨਾਲੇ ਮੇਰੇ ਵਾਸਤੇ ਨਾਲੇ ਆਪਦੇ ਵਾਸਤੇ। ਹੇ ਜੱਸੀ ਨੂੰ ਅਚਾਨਕ ਕੀ ਹੋ ਗਿਆ? ਹਾਂਜੀ ਮੈਂ ਹੁਣੇ ਲਿਆਉਂਦੀ ਹਾਂ। ਹਾਂਜੀ ਹਾਂ ਲਿਆਓ ਜੀ। ਬਾਪੂ ਜੀ ਤੁਸੀਂ ਮੇਰੇ ਕਮਰੇ 'ਚ, ਤੁਸੀਂ ਇੱਥੇ ਕੀ ਕਰਦੇ ਹੋ? ਕੁੜੀਏ ਡਰਨ ਦੀ ਲੋੜ ਨੀਗੀ, ਮੈਂ ਤੇਰੇ ਨਾਲ ਗੱਲ ਕਰਨ ਆਇਆ ਇੱਕ। ਇਸ ਤਰ੍ਹਾਂ ਪਹਿਲੀ ਗੱਲ ਤਾਂ ਤੁਸੀਂ ਮੇਰੇ ਕਮਰੇ 'ਚ ਆਏ ਕੀ ਲੈਣ? ਭੁੱਲਣਾ ਕੁੜੀਏ, ਇਹ ਮੇਰਾ ਘਰ ਹੈ, ਮੈਂ ਜਿੱਥੇ ਵੀ ਆ ਜਾ ਸਕਦਾ। ਨਾਲੇ ਮੈਨੂੰ ਨਹੀਂ ਲੱਗਦਾ ਤੂੰ ਮੇਰਾ ਕੰਮ ਕਰੇਂਗੀ। ਕਿਹੜਾ ਕੰਮ ਬਾਪੂ ਜੀ? ਕਿਹੜਾ ਕੰਮ? ਉਹ ਤੂੰ ਇੰਨੀ ਭੋਲੀ ਨਾ ਬਣ, ਤੈਨੂੰ ਮੈਂ ਜੱਸੀ ਦੀ ਬਰਬਾਦੀ ਲਈ ਲੈ ਕੇ ਆਇਆ ਇੱਥੇ। ਬਾਪੂ ਜੀ ਤੁਸੀਂ ਕਾਹਦੇ ਬਾਰੇ ਗੱਲ ਕਰੀ ਜਾਂਦੇ ਹੋ? ਮੈਨੂੰ ਇਸ ਕੰਮ ਬਾਰੇ ਕੁਛ ਨਹੀਂ ਪਤਾ। ਅੱਛਾ ਕੁਛ ਦਾ ਕੀ ਮਤਲਬ? ਉਹ ਤੈਨੂੰ ਪੈਸੇ ਦਿੱਤੇ ਆ ਪੈਸੇ, ਮੇਰਾ ਕੰਮ ਮੈਨੂੰ ਸਹੀ ਹੋਣਾ ਚਾਹੀਦਾ ਗਾ। ਕਿਹੜੇ ਪੈਸੇ ਤੇ ਕਿਹੜਾ ਕੰਮ ਤੁਸੀਂ ਮੈਨੂੰ ਸਾਫ਼ ਸਾਫ਼ ਦੱਸੋਗੇ ਬਾਪੂ ਜੀ ਵੀ ਕਿਹਦੇ ਬਾਰੇ ਗੱਲ ਕਰ ਰਹੇ ਹੋ? ਜੇ ਪਤਾ ਨਹੀਂ ਨਾ ਆਪਦੇ ਘਰਦਿਆਂ ਨੂੰ ਜਾ ਕੇ ਪੁੱਛ ਲੈ, ਉਹ ਜਿਨ੍ਹਾਂ ਨੇ ਸੌਦਾ ਕੀਤਾ ਤੇਰਾ ਸਾਡੇ ਨਾਲ। ਸੌਦਾ ਕੀਤਾ? ਉਹ ਵੀ ਮੇਰੇ ਘਰਦਿਆਂ ਨੇ, ਤਾਂ ਹੀ ਵੀਰੇ ਨੇ ਮੇਰਾ ਰਿਸ਼ਤਾ ਇੱਥੇ ਕੀਤਾ। ਪਰ ਸੌਦਾ ਕਿਹੜੇ ਕੰਮ ਲਈ ਕੀਤਾ? ਜੱਸੀ ਦੀ ਬਰਬਾਦੀ ਲਈ। ਉਹਦੇ ਲਈ ਮੈਨੂੰ ਕੀ ਕਰਨਾ ਪਊਗਾ?
ਪਰ ਬਾਪੂ ਜੀ ਤੁਸੀਂ ਆਪਦੇ ਪੁੱਤ ਨਾਲ ਐਵੇਂ ਕਿਉਂ ਕਰ ਰਹੇ ਹੋ? ਵਾਲੇ ਸਵਾਲ ਜਵਾਬ ਕਰਨ ਦੀ ਲੋੜ ਨਹੀਂ, ਤੈਨੂੰ ਜਿੰਨਾ ਆਖਿਆ ਨਾ ਓਨੇ ਕੰਮ ਕਰ। ਬਾਪੂ ਇਸ ਤਰ੍ਹਾਂ ਮੇਰੇ ਕਮਰੇ 'ਚੋਂ, ਉਹ ਵੀ ਉਦੋਂ ਜਦੋਂ ਮਨਪ੍ਰੀਤ ਅੰਦਰ ਆ, ਉਹ ਕੋਈ ਕੰਮ ਹੋਣਾ ਤਾਂ ਹੀ ਗਏ ਹੋਣ। ਮੇਰੇ ਘਰ 'ਤੇ ਮੇਰਾ ਸੌਦਾ ਕਰਨਗੇ, ਇਹ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਵੀ ਮੈਨੂੰ ਇਸ ਗੱਲ 'ਤੇ ਯਕੀਨ ਨਾ ਹੋਵੇ। ਪਰ ਗੱਲ ਤਾਂ ਜੱਸੀ ਦੇ ਬਾਪੂ ਜੀ ਦੀ ਆ, ਅਤੇ ਜੱਸੀ ਦਾ ਬਾਪੂ ਜੱਸੀ ਨਾਲ ਇਹ ਸਭ ਕਿਉਂ ਕਰ ਰਿਹਾ? ਉਹਦੇ ਵਿੱਚ ਇਹਨਾਂ ਦਾ ਕੀ ਫਾਇਦਾ? ਮਨਪ੍ਰੀਤ ਆ ਗਏ ਤੁਸੀਂ? ਹਾਂਜੀ ਮੈਂ ਤਾਂ ਆ ਗਿਆ। ਆ ਬਾਪੂ ਕੀ ਕਰਨ ਆਈ ਸੀ ਕਮਰੇ 'ਚ, ਕੋਈ ਕੰਮ ਆਈ ਸੀ? ਤੁਹਾਨੂੰ ਪੁੱਛਣਾ ਆਈ ਸੀ, ਸ਼ਾਇਦ ਕੋਈ ਕੰਮ ਹੀ ਹੋਊਗਾ ਤੁਹਾਡੇ ਤੱਕ। ਅੱਛਾ ਚਲੋ ਕੋਈ ਨਾ, ਫਿਰ ਮੈਂ ਪੁੱਛਦਾ ਬਾਪੂ ਨੂੰ ਵੀ ਕੀ ਕੰਮ ਆ। ਹਾਂ ਤੁਸੀਂ ਬਾਅਦ 'ਚੋਂ ਗੱਲ ਕਰ ਲਿਓ ਬਾਪੂ ਨਾਲ, ਪਹਿਲਾਂ ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਉਂਦੀ ਹਾਂ। ਹਾਂ ਚਲੋ ਲਿਆ ਦਿਓ ਤੁਸੀਂ। ਮੈਨੂੰ ਨਹੀਂ ਲੱਗਦਾ ਵੀ ਇਹ ਕੁੜੀ ਮੇਰੀ ਮਦਦ ਕਰੂਗੀ, ਮੈਨੂੰ ਦੁਬਾਰਾ ਇਹਦੇ ਨਾਲ ਗੱਲ ਕਰਨੀ ਪੈਣੀ ਆ। ਨਹੀਂ ਇਹ ਸੌਦਾ ਮੇਰੇ ਕਿਸੇ ਕੰਮ ਦਾ ਨਹੀਂ ਗਾ। ਬਾਪੂ ਜੀ ਮੈਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ, ਪਰ ਬਸ ਜੱਸੀ ਨੂੰ ਕੁਛ ਨਹੀਂ ਹੋਣਾ ਚਾਹੀਦਾ। ਜੇ ਜੱਸੀ ਨੂੰ ਕੁਛ ਕਰਨਾ ਹੁੰਦਾ ਨਾ ਮੈਂ ਉਹਨੂੰ ਪਾਲ ਕੇ ਵੱਡਾ ਨਾ ਕਰਦਾ ਮੈਂ, ਨਾਲੇ ਜੱਸੀ ਤੱਕ ਮੈਨੂੰ ਕੋਈ ਮਤਲਬ ਨਹੀਂ। ਪਰ ਗੱਲ ਤਾਂ ਇਹ ਆ ਵੀ ਜੱਸੀ ਵੀ ਤਾਂ ਤੁਹਾਡਾ ਹੀ ਪੁੱਤ ਆ, ਫਿਰ ਤੁਸੀਂ ਉਹਦੇ ਨਾਲ ਇਹ ਸਾਰਾ ਕੁਛ ਕਿਉਂ ਕਰ ਰਹੇ ਹੋ? ਤੂੰ ਨਹੀਂ ਜਾਣਦੀ ਇਹ ਕਰਨ ਨਾਲ ਜੱਸੀ ਦੀ ਸਾਰੀ ਜਾਇਦਾਦ ਮੇਰੀ ਹੋ ਗਈ। ਉਹ ਤਾਂ ਵੈਸੇ ਵੀ ਸਾਰਾ ਕੁਛ ਤੁਹਾਡਾ ਹੀ ਆ, ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ, ਕਿਉਂਕਿ ਜੱਸੀ ਤੁਹਾਡਾ ਹੀ ਤਾਂ ਪੁੱਤ ਹੈ ਅਤੇ ਉਹ ਤਾਂ ਸਾਰਿਆਂ ਨੂੰ ਪਤਾ ਵੀ ਜੇ ਉਹ ਪੁੱਤ ਤੁਹਾਡਾ ਅਤੇ ਉਹਦੀ ਜ਼ਮੀਨ ਜਾਇਦਾਦ ਵੀ ਤੁਹਾਡੀ ਹੈ, ਫਿਰ ਤੁਸੀਂ ਆਹ ਸਾਰਾ ਕੁਛ ਕਿਉਂ ਕਰਦੇ ਹੋ? ਇਹ ਤੂੰ ਨਹੀਂ ਜਾਣਦੀ ਜੱਸੀ ਮੇਰੇ ਛੋਟੇ ਭਰਾ ਦਾ ਬੇਟਾ ਹੈ, ਜਿੰਨੀ ਜ਼ਮੀਨ ਮੈਨੂੰ ਆਉਂਦੀ ਆ ਓਨੀ ਜ਼ਮੀਨ ਜੱਸੀ ਨੂੰ ਆਉਂਦੀ ਆ, ਪਰ ਮੈਂ ਨਹੀਂ ਚਾਹੁੰਦਾ ਵੀ ਜੱਸੀ ਨੂੰ ਜ਼ਮੀਨ ਉਹ ਮਿਲੇ, ਉਹ ਜ਼ਮੀਨ ਮਿਲੇ ਮੈਨੂੰ, ਮੇਰੇ ਮੁੰਡੇ ਨੂੰ ਮਿਲੇ, ਮੇਰੇ ਨਾਂ ਲੱਗੇ, ਮੇਰਾ ਮੁੰਡਾ ਬਾਹਰ ਬੈਠਾ ਨਾ ਉਹਦੀ ਹੋ ਜੇ ਸਾਰੀ ਜ਼ਮੀਨ। ਸਹੀ ਗੱਲ ਆ, ਕੋਈ ਵੀ ਨਹੀਂ ਚਾਹੁੰਦਾ ਹੁੰਦਾ ਵੀ ਸ਼ਰੀਕ ਦਾ ਪੁੱਤ ਅੱਗੇ ਵਧੇ, ਤੁਸੀਂ ਵੀ ਉਹੀ ਸ਼ਰੀਕਾਂ ਵਾਲੀ ਕਰ ਰਹੇ ਹੋ ਉਹਨਾਂ ਨਾਲ। ਚਲੋ ਜੱਸੀ ਨੂੰ ਇਹ ਗੱਲ ਨਹੀਂ ਪਤਾ ਤਾਂ ਕੋਈ ਗੱਲ ਨਹੀਂ, ਪਰ ਤੁਹਾਡੇ ਮੁੰਡੇ ਨੂੰ ਕੀ ਲਾਲਚ ਆ ਜ਼ਮੀਨ ਜਾਇਦਾਦ ਦਾ, ਜਦੋਂ ਉਹ ਬਾਹਰ ਬੈਠਾ ਕਰੋੜਾਂ ਰੁਪਈਆ ਦਾ ਮਾਲਕ ਹੋਊਗਾ ਉਹ। ਓਏ ਮੇਰੇ ਮੁੰਡੇ ਨੂੰ ਲਾਲਚ ਹੋਵੇ ਨਾ ਹੋਵੇ, ਪਰ ਮਾਂ ਪਿਓ ਨੂੰ ਤਾਂ ਲਾਲਚ ਹੁੰਦੀ ਹੈ। ਜੇ ਇਹੋ ਜਿਹੀ ਗੱਲ ਹੈ ਨਾ ਤਾਂ ਬਾਪੂ ਜੀ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ, ਨਾ ਤਾਂ ਮੈਂ ਇਸ ਕੰਮ 'ਚ ਤੁਹਾਡਾ ਸਾਥ ਅੱਜ ਦੇਵਾਂ ਅਤੇ ਨਾ ਦੇਵਾਂ ਕੱਲ੍ਹ। ਮੈਂ ਤਾਂ ਇਹ ਕੰਮ ਕਰਨੋਂ ਰਹੀ, ਪਰ ਕਰਨ ਮੈਂ ਤੁਹਾਨੂੰ ਵੀ ਨਹੀਂ ਦਿੰਦੀ ਇਹ ਸਾਰਾ ਕੁਛ, ਜੋ ਕੁਛ ਜੱਸੀ ਦਾ ਹੈ ਨਾ ਉਹ ਸਾਰਾ ਕੁਛ ਜੱਸੀ ਨੂੰ ਹੀ ਮਿਲੂਗਾ, ਤੁਸੀਂ ਉਹ ਤੋਂ ਖੋ ਕੇ ਦਿਖਾਇਓ। ਇਹ ਕੁੜੀ ਨੂੰ ਤਾਂ ਮਨਾਉਣਾ ਹੀ ਪੈਣਾ ਗਾ, ਲੈ ਕੇ ਤਾਂ ਮੈਂ ਆਇਆ ਸੀਗਾ ਵੀ ਘਰ 'ਚ ਅੱਗ ਲਾ ਦੂੰ, ਪਰ ਇਹ ਤਾਂ ਉਹਦੀ ਅਸਲੀ ਘਰ ਵਾਲੀ ਬਣ ਕੇ ਬਹਿ ਗਈ। ਸੋਚਿਆ ਕੀ ਸੀ ਅਤੇ ਹੋ ਗਿਆ ਕੀ, ਪਰ ਮੈਂ ਹੋਣ ਨਹੀਂ ਦਿੰਦਾ।
ਹੈ ਔਰ ਪਰੇਸ਼ਾਨ ਜੀ ਲੱਗ ਰਹੀ ਹਾਂ। ਦੱਸੀ ਪਤਾ ਨਹੀਂ ਕਿਉਂ ਮੇਰਾ ਸਿਰ ਬਹੁਤ ਦੁਖੀ ਜਾਂਦਾ ਹੈ। ਸਿਰ ਤਾਂ ਦੁਖਣੀ ਹੈ ਮਨਪ੍ਰੀਤ, ਸਾਰਾ ਦਿਨ ਤਾਂ ਤੂੰ ਕੰਮ ਕਰਦੀ ਲੱਗੀ ਰਹਿਣੀ ਆ, ਅਤੇ ਉੱਤੋਂ ਗਰਮੀ ਦੇਖ ਲੈ ਕਿੰਨੀ ਆ, ਤੂੰ ਮਾੜਾ ਮੋਟਾ ਉਹਦਾ ਧਿਆਨ ਰੱਖ ਲਿਆ ਕਰ। ਬਾਕੀ ਚੱਲ ਕੋਈ ਨਾ, ਹੁਣ ਮੈਂ ਬਾਜ਼ਾਰ ਕਿਹੜੀ ਜਾਂਦਾ, ਤੈਨੂੰ ਆਉਂਦਾ ਹੋਇਆ ਦਵਾਈ ਲਿਆ ਦੇਵਾਂ, ਠੀਕ ਆ? ਹਾਂ ਚੱਲ ਠੀਕ ਆ ਮਨਪ੍ਰੀਤ, ਨਹੀਂ ਤੂੰ ਆਪਦਾ ਖਿਆਲ ਰੱਖੀ। ਹੁਣ ਮੈਂ ਤੁਹਾਨੂੰ ਕੀ ਦੱਸਾਂ ਜੱਸੀ, ਵੀ ਮੈਂ ਕਿਉਂ ਪਰੇਸ਼ਾਨ ਹਾਂ। ਜਿਹੜੇ ਹਾਲਾਤਾਂ 'ਚੋਂ ਮੈਂ ਆਪਦੇ ਘਰ 'ਚੋਂ ਬਾਹਰ ਨਿਕਲ ਕੇ ਆਈ ਹਾਂ, ਉਹੀ ਹਾਲਾਤ ਇਸ ਘਰ 'ਚ ਨੇ। ਬਸ ਫਰਕ ਸਿਰਫ ਇੰਨਾ ਵੀ ਉਹਨਾਂ ਹਾਲਾਤਾਂ ਨੂੰ ਮੈਂ ਆਪਦੇ ਅੱਖੀ ਦੇਖਦੀ ਸੀ, ਉਹ ਸਾਰਾ ਕੁਛ ਮੇਰੇ ਸਾਹਮਣੇ ਹੁੰਦਾ ਸੀ, ਅਤੇ ਇੱਥੇ ਸਾਰਾ ਕੁਛ ਤੁਹਾਡੀ ਪਿੱਠ ਪਿੱਛੇ ਹੁੰਦਾ, ਤੁਹਾਡੀ ਪਿੱਠ ਪਿੱਛੇ ਸਕੀਮਾਂ ਲੱਗਦੀਆਂ ਨੇ। ਮੈਂ ਕੀ ਕਰਾਂ ਹੁਣ, ਨਾ ਤਾਂ ਮੈਂ ਕੁਛ ਦੱਸ ਸਕਦੀ ਹਾਂ ਅਤੇ ਨਾ ਮੈਂ ਕੁਛ ਕਰ ਸਕਦੀ ਹਾਂ। ਖੈਰ ਜੱਸੀ, ਤੁਸੀਂ ਇਹ ਸਾਰੀਆਂ ਗੱਲਾਂ ਤੋਂ ਅਣਜਾਣ ਹੋ, ਕੋਈ ਗੱਲ ਨਹੀਂ, ਇੱਕ ਨਾ ਇੱਕ ਦਿਨ ਤਾਂ ਤੁਹਾਨੂੰ ਵੀ ਸਾਰਾ ਕੁਛ ਪਤਾ ਲੱਗੂਗਾ ਨਾ। ਆਖਿਰਕਾਰ ਵਿੱਚ ਚੱਲੀ ਗਈ ਜਾਂਦਾ, ਜਦੋਂ ਵੀ ਬਾਪੂ ਦੇ ਮੈਂ ਮਨਪ੍ਰੀਤ ਨੂੰ ਦੇਖਦਾ ਇਹ ਕੋਈ ਨਾ ਕੋਈ ਗੱਲ ਚੱਲਦੀ ਹੋ ਰਹਿੰਦੀ ਇਹਨਾਂ ਵਿੱਚ। ਚੱਲ ਦੇਖ ਜੱਸੀ, ਤੁਸੀਂ ਇੰਨੀ ਜਲਦੀ ਮੁੜਿਆ? ਹਾਂ ਮਨਪ੍ਰੀਤ, ਮੈਂ ਤਾਂ ਮੁੜਿਆ ਆ, ਪਰ ਤੁਸੀਂ ਤੇ ਬਾਪੂ ਕੀ ਜ਼ਰੂਰੀ ਗੱਲਾਂ ਕਰਦੇ ਸੀ? ਕਿਤੇ ਜੱਸੀ ਨੇ ਸਾਡੀ ਗੱਲ ਤਾਂ ਨਹੀਂ ਸੁਣ ਲਈ? ਨਹੀਂ ਨਹੀਂ ਪੁੱਤ, ਬੈਠੇ ਸੀਗੇ, ਵੈਸੀ ਗੱਲਾਂ ਕਰ ਰਹੇ ਸੀਗੇ। ਮੈਂ ਆਖਿਆ ਪੁੱਤ ਚਾਹ ਬਣਾ ਲਿਆ, ਚਲੋ ਤੂੰ ਵੀ ਆ ਗਿਆ, ਐਂ ਕਰ ਕੁੜੀਏ ਇਹਦੇ ਵਾਸਤੇ ਚਾਹ ਬਣਾ ਲਿਆ, ਤੂੰ ਬਹਿ ਲਾ। ਪਰ ਮਨਪ੍ਰੀਤ, ਤੂੰ ਤਾਂ ਕਹਿੰਦੀ ਮੇਰਾ ਸਿਰ ਦੁਖਦਾ। ਜੱਸੀ ਸਿਰ ਦੁਖਦਾ ਸੀ ਤਾਂ ਹੀ ਤਾਂ ਮੈਂ ਆਪਦੀ ਚਾਹ ਬਣਾਉਣ ਲੱਗੀ ਸੀ, ਉਧਰੋਂ ਬਾਪੂ ਜੀ ਨੇ ਆਵਾਜ਼ ਮਾਰ ਲਈ, ਕਹਿੰਦੇ ਕੁੜੀਏ ਮੇਰੇ ਲਈ ਵੀ ਘੁੱਟ ਚਾਹ ਬਣਾ ਦੇ। ਹੁਣ ਤੁਸੀਂ ਵੀ ਆ ਗਏ, ਤੁਹਾਡਾ ਵੀ ਪਾਣੀ ਨਾਲ ਹੀ ਪਾ ਲੈਂਦੀ ਹਾਂ, ਤੁਸੀਂ ਬੈਠੋ, ਆਪਾਂ ਤਿੰਨੇ ਪੀ ਲਾਂਗੇ। ਹਾਂ ਚਲੋ ਪਾ ਲਓ ਫਿਰ ਮਨਪ੍ਰੀਤ। ਨਾਲੇ ਤੁਸੀਂ ਐਂ ਕਿਉਂ ਕਿਹਾ ਵੀ ਜ਼ਰੂਰੀ ਗੱਲਾਂ ਕਰਦੇ ਸੀ, ਭਲਾ ਨੂੰਹ ਸਹੁਰੇ ਦੀਆਂ ਜ਼ਰੂਰੀ ਗੱਲਾਂ ਕੀ ਹੋਣਗੀਆਂ, ਹੱਦ ਹੋ ਗਈ। ਕੋਈ ਨਾ, ਚੱਲ ਮਨਪ੍ਰੀਤ ਮੈਂ ਜ਼ਿਆਦਾ ਸੋਚੀ ਨਾ ਲੱਗਦਾ, ਇੰਨਾ ਟਾਈਮ ਚਾਹ ਦੀ ਗੱਲ ਤਾਂ ਨਹੀਂ ਹੋ ਸਕਦੀ, ਇਹ ਦੋਵੇਂ ਰਲ ਕੇ ਕੀ ਗੱਲ ਲੁਕਾ ਰਹੇ ਨੇ ਮੇਰੇ ਤੋਂ, ਇਹਨਾਂ ਨੇ ਮੈਨੂੰ ਵੇਖ ਕੇ ਗੱਲ ਹੀ ਬਦਲਤੀ। ਹਾਂਜੀ ਕੋਈ ਨੀ, ਤੁਸੀਂ ਵਗ ਜਾਓ। ਦੇਖ ਕੁੜੀਏ ਮੇਰੀ ਗੱਲ ਸੁਣ ਲੈ, ਤੇਰੇ ਕੋਲ ਇੱਕ ਮੌਕਾ ਹੈਗਾ, ਤੂੰ ਮੇਰਾ ਸਾਥ ਦੇ ਦੇ, ਨਹੀਂ ਜੱਸੀ ਦੀ ਜਾਨ ਨੂੰ ਕੋਈ ਵੀ ਖਤਰਾ ਹੋ ਸਕਦਾ। ਮੈਂ ਇਹ ਗੱਲ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਵੀ ਮੈਂ ਤਾਂ ਨਾ ਤੁਹਾਡਾ ਸਾਥ ਅੱਜ ਦੇਵਾਂ ਤੇ ਨਾ ਦੇਵਾਂ ਕੱਲ੍ਹ। ਤੇ ਰਹੀ ਗੱਲ ਜੱਸੀ ਦੀ ਜਾਨ ਦੀ, ਜਿੰਨਾ ਟਾਈਮ ਮੈਂ ਆਣਾ ਉਹਦਾ ਤੁਸੀਂ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਆਖਰ ਇਸ ਘਰ ਵਿੱਚ ਚੱਲ ਕੀ ਰਿਹਾ, ਮੈਂ ਥੋੜ੍ਹਾ ਟਾਈਮ ਅੱਖ ਖੋਲਣੀ ਹੁੰਦਾ, ਇਹ ਮਨਪ੍ਰੀਤ ਦੇ ਬਾਪੂ ਕੋਈ ਨਾ ਕੋਈ ਗੱਲ ਕਰਦੇ ਹੀ ਰਹਿੰਦੇ ਨੇ। ਨਾ ਧੀਏ, ਮੈਨੂੰ ਰੋਟੀ ਦਾ ਜਵਾਬ ਨਾ ਦੇ, ਮੈਂ ਕਿੱਥੇ ਜਾਊਂਗਾ? ਤੁਸੀਂ ਅਚਾਨਕ ਗੱਲ ਕਿਉਂ ਬਦਲਤੀ? ਮੈਂ ਕਿੱਥੇ ਜਾਊਂਗਾ ਪੁੱਤ? ਨਾ ਧੀਏ, ਬਾਪੂ ਜੀ ਮੈਂ ਤੁਹਾਨੂੰ ਕੀ ਕਿਹਾ? ਬਾਪੂ ਜੀ ਤੁਹਾਡਾ ਕਹਿਣ ਦਾ ਮਤਲਬ ਕੀ ਹੈ, ਰੋਟੀ ਕਿੱਥੇ ਖਾਓਗੇ? ਪੁੱਤ ਮੈਨੂੰ ਕਹਿੰਦੀ ਮੈਂ ਤੈਨੂੰ ਰੋਟੀ ਦੇਣੀ, ਬਾਪੂ ਤੂੰ ਘਰੋਂ ਨਿਕਲ ਜਾ। ਮੈਂ ਪੁੱਤ ਤੈਨੂੰ ਕੀ ਆ ਨਾ ਪੁੱਤ? ਮਨਪ੍ਰੀਤ ਤੁਸੀਂ ਬਾਪੂ ਐ ਕਿਉਂ ਬੋਲ ਸਕਦੇ ਹੋ ਯਾਰ? ਜੱਸੀ ਸੌਣ ਲੱਗੇ ਮੈਨੂੰ, ਮੈਂ ਕੁਛ ਨਹੀਂ ਕਿਹਾ ਬਾਪੂ ਜੀ ਨੂੰ ਇਹੋ ਜਿਹਾ। ਨਾਲੇ ਪੁੱਤ ਤੁਹਾਡੇ ਤੋਂ ਬਗੈਰ ਮੇਰਾ ਸੰਸਾਰ 'ਚ ਹੈ ਹੀ ਕੌਣ ਹੈ? ਜੱਸੀ
ਸੱਚੀ ਮੇਰਾ ਯਕੀਨ ਕਰੋ, ਮੈਂ ਕੁਛ ਨਹੀਂ ਕਿਹਾ ਬਾਪੂ ਨੂੰ। ਮੈਂ ਨਹੀਂ ਕਿਹਾ ਵੀ ਰੋਟੀ ਕਿੱਥੋਂ ਖਾਓਗੇ ਕਿੱਥੋਂ ਨਹੀਂ ਖਾਓਗੇ। ਮੈਂ ਤਾਂ ਅੱਜ ਤੱਕ ਬੋਲੀ ਵੀ ਨਹੀਂ ਹੈਗੀ ਇਹਨਾਂ ਅੱਗੇ। ਹਾਂ ਆ ਗਿਆ ਬਈ, ਆ ਗਿਆ ਬਸ। ਉਹ ਬਾਪੂ ਮੈਂ ਤਾਂ ਅੱਜ ਜ਼ਰੂਰੀ ਕੰਮ ਜਾਣਾ ਸੀ, ਮੈਂ ਤਾਂ ਕੁਝ ਫਾਈਲਾਂ ਭੁੱਲ ਗਿਆ ਸੀ, ਉਹ ਲੈਣ ਆਇਆ ਸੀ। ਮੈਂ ਉਹ ਲਿਆ, ਮੈਂ ਫਿਰ ਗੱਲ ਕਰਦਾ ਤੁਹਾਡੇ ਨਾਲ। ਬਾਪੂ ਜੀ, ਤੁਸੀਂ ਇੰਨੇ ਘਟੀਆ ਨਿਕਲੋਗੇ, ਮੈਂ ਸੋਚਿਆ ਵੀ ਨਹੀਂ ਸੀ। ਤੁਸੀਂ ਮੈਨੂੰ ਜੱਸੀ ਅੱਗੇ ਕਿਉਂ ਝੂਠੀ ਪਾਤਾ? ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਨਾਲ ਇੰਨਾ ਕੁਛ ਕਿਉਂ ਹੁੰਦਾ। ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਤਾਂ ਵੀ ਮੈਨੂੰ ਸਾਰੇ ਲੋਕ ਮਾੜੇ ਟੱਕਰਦੇ ਆ। ਮਨਪ੍ਰੀਤ, ਤੁਹਾਡੇ ਲਈ ਚੰਗਾ ਹੋਊਗਾ, ਮੇਰੇ ਘਰ ਆਉਣ ਤੋਂ ਪਹਿਲਾਂ ਤੁਸੀਂ ਬਾਪੂ ਜੀ ਤੋਂ ਮਾਫ਼ੀ ਮੰਗ ਲਓ। ਨਾਲੇ ਬਾਪੂ ਜੀ, ਆਪਾਂ ਸ਼ਾਮ ਨੂੰ ਇਕੱਠੇ ਬਹਿ ਕੇ ਨਾ ਗੱਲ ਕਰਦੇ ਹਾਂ, ਹੁਣ ਮੈਂ ਜਾਣਾ, ਜ਼ਰੂਰੀ ਕੰਮ ਆ ਮੈਨੂੰ। ਜੱਸੀ, ਪਰ ਮੇਰੀ ਗੱਲ 'ਤੇ ਯਕੀਨ। ਕੋਈ ਨਾ ਮਨਪ੍ਰੀਤ, ਸ਼ਾਮ ਨੂੰ ਗੱਲ ਕਰਦੇ, ਬਸ ਮੈਂ ਜਾਣਾ, ਹੁਣ ਲੇਟ ਹੋਈ ਜਾਂਦਾ। ਬਾਪੂ ਜੀ, ਗੱਲ ਤਾਂ ਜ਼ਮੀਨ ਦੀ ਚੱਲ ਰਹੀ ਸੀ ਨਾ, ਪਰ ਤੁਸੀਂ ਜੱਸੀ ਸਾਹਮਣੇ ਝੂਠੀ ਗੱਲ ਕਿਉਂ ਪੇਸ਼ ਕੀਤੀ ਆ? ਜ਼ਰੂਰੀ ਨਹੀਂ ਕੁੜੀਏ, ਜੇ ਤੂੰ ਮੇਰਾ ਸਾਥ ਨਹੀਂ ਦਿੰਦੀ ਵੀ ਤੈਨੂੰ ਸਾਰੀਆਂ ਗੱਲਾਂ ਦੱਸਾਂ ਮੈਂ। ਚੱਲ ਨਿਕਲ ਮੇਰੇ ਘਰੋਂ, ਮੇਰੇ ਘਰੋਂ ਚੱਲ। ਇਹ ਮੇਰਾ ਘਰ ਹੈ, ਕੀ ਆਖਿਆ ਤੈਨੂੰ ਮੈਂ? ਤੇਰੇ ਭਰਾ ਨੂੰ ਪੈਸੇ ਦਿੱਤੇ ਆ, ਤੇਰਾ ਸੌਦਾ ਕੀਤਾ, ਤੈਨੂੰ ਮੁੱਲ ਖਰੀਦਿਆ ਮੈਂ ਵੀ ਮੇਰਾ ਕੰਮ ਕਰੂ। ਜਦੋਂ ਤੂੰ ਮੇਰਾ ਕੰਮ ਹੀ ਨਹੀਂ ਕਰਨਾ, ਫਿਰ ਘਰ 'ਚ ਰੱਖ ਕੇ ਤੈਨੂੰ ਕੀ ਕਰਨਾ ਮੈਂ? ਨਿਕਲ ਮੇਰੇ ਘਰੋਂ। ਤੁਸੀਂ ਨਾ ਜੱਸੀ ਦੀ ਜ਼ਮੀਨ ਹੜੱਪਣ ਨੂੰ ਫਿਰਦੇ ਹੋ, ਤੇ ਇਸ ਕੰਮ 'ਚ ਨਾ ਮੈਂ ਤੁਹਾਡਾ ਸਾਥ ਅੱਜ ਦੇਵਾਂ ਤੇ ਨਾ ਦੇਵਾਂ ਕੱਲ, ਚਾਹੇ ਕੋਰੇ ਕਾਗਜ਼ 'ਤੇ ਲਿਖਵਾ ਲਓ। ਜਦੋਂ ਤਾਂ ਮੇਰਾ ਸਾਥ ਹੀ ਨਹੀਂ ਦੇਣਾ, ਫਿਰ ਰੱਖ ਕੇ ਮੈਂ ਕਰਨਾ ਵੀ ਕੀ? ਚੱਲ ਜਿੰਨਾ ਟਾਈਮ ਜੱਸੀ ਨੇ ਮੇਰੇ ਘਰ ਚਾਹੁੰਦਾ ਮੈਂ ਕਿਤੇ ਨਹੀਂ ਜਾਂਦੀ। ਇਹਨਾਂ ਨਾਲ ਬਹਿਸ ਕਰਕੇ ਕਿਉਂ ਬੁਰੀ ਪੈਣਾ ਮੈਂ? ਸਭ ਤੋਂ ਜ਼ਰੂਰੀ ਗੱਲ ਤਾਂ ਇਹ ਆ ਵੀ ਪਹਿਲਾਂ ਮੈਂ ਮਾਸੀ ਤੇ ਵੀਰੇ ਨਾਲ ਗੱਲ ਕਰਾਂ, ਅਖੀਰ ਉਹਨਾਂ ਨੇ ਵਿਆਹ 'ਚ ਕਿਹੜੀ ਗੱਲ ਦਾ ਸੌਦਾ ਕੀਤਾ? ਉਹ ਬਾਪੂ ਮੈਨੂੰ ਮਾਫ਼ ਕਰਿਓ, ਉਹ ਸਵੇਰੇ ਇੱਦਾਂ ਹੀ ਚੱਲਾ ਗਿਆ, ਹੁਣ ਦੱਸੋ ਗੱਲ ਕੀ ਹੈ ਸਾਰੀ। ਉਹ ਪੁੱਤ ਕੀ ਦੱਸਾਂ, ਸਵੇਰੇ ਸਾਰੀ ਗੱਲ ਤਾਂ ਤੈਨੂੰ ਦੱਸਦੀ ਸੀਗੀ। ਉਹ ਚਲੋ ਫਿਰ ਮੈਂ ਕਰਦਾ ਮਨਪ੍ਰੀਤ ਤੋਂ ਪੁੱਛ ਲੈਣਾ ਬਾਪੂ। ਮਨਪ੍ਰੀਤ ਦਾ ਪੁੱਤ ਘਰ ਛੱਡ ਕੇ ਚਲੀ ਗਈ। ਕਿਉਂ ਬਾਪੂ? ਕਹਿੰਦੀ ਮੈਂ ਨਹੀਂ ਤੇਰੀ ਸੇਵਾ ਕਰ ਸਕਦੀ, ਮੈਨੂੰ ਵੀ ਕਹਿੰਦੀ ਤੂੰ ਚੰਗਾ ਲੱਗਦਾ, ਮੈਥੋਂ ਨੂੰ ਰੋਟੀਆਂ ਕਮਾਈਆਂ ਜਾਂਦੀਆਂ। ਪੱਕਾ ਕੋਈ ਹੋਰ ਗੱਲ ਹੋ ਗਈ, ਮੈਨੂੰ ਲੱਗਦਾ ਮੈਨੂੰ ਮਨਪ੍ਰੀਤ ਨਾਲ ਗੱਲ ਕਰਨੀ ਚਾਹੀਦੀ, ਕਿਉਂਕਿ ਮਨਪ੍ਰੀਤ ਐਂ ਦੁਖੀ ਰਹਿਣਾ ਅਤੇ ਬਾਪੂ ਦਾ ਮਨਪ੍ਰੀਤ ਨੂੰ ਵਾਰ ਵਾਰ ਮਿਲਣਾ ਮੈਨੂੰ ਕੁਝ ਸਹੀ ਨਹੀਂ ਲੱਗ ਰਿਹਾ। ਚੱਲ ਮੈਂ ਕਦਾ ਕਰਦਾ ਨਾ ਘੱਟ ਰੱਖ ਕੇ ਮਨਪ੍ਰੀਤ ਦੇ ਘਰ ਜਾਂਦਾ, ਗੱਲ ਕਰਨਾ ਤੁਹਾਨੂੰ ਮਨਪ੍ਰੀਤ ਨਾਲ ਜਾ ਕੇ ਵੀ ਗੱਲ ਹੋਈ ਕੀ ਹੈ। ਕੁੜੇ ਉਠਾ ਲਾ ਵੀਰ, ਵੀਰੇ ਮੇਰਾ ਹੱਥ ਛੱਡ, ਮੈਂ ਨਹੀਂ ਉਠਾ। ਉਠਾ ਲਾ ਦੇ, ਆਏ ਉਠਾ ਲਾ, ਆਏ ਜਿੰਨਾ ਟਾਈਮ ਮੈਨੂੰ ਪਤਾ ਨਹੀਂ ਲੱਗਦਾ ਇਹ ਕਾਰਜ ਕਰਦੇ, ਮੈਂ ਉਠਾ ਨਹੀਂ ਲਾਉਂਦੀ। ਚੁੱਪ ਕਰਕੇ ਉਠਾ ਲਾ ਦੇ, ਮੈਥੋਂ ਬੁਰਾ ਕੋਈ ਨਹੀਂ। ਮੈਂ ਨਹੀਂ ਉਠਾ ਲਾ, ਨਹੀਂ ਵੀਰ। ਆ ਸਭ ਕੀ ਹੋ ਰਿਹਾ, ਨਾਲੇ ਆ ਹਾਲਤ ਕੀ ਬਣਾਈ ਮਨਪ੍ਰੀਤ ਤੇਰੀ ਇਹਨਾਂ ਨੇ? ਜੱਸੀ, ਮੈਨੂੰ ਨਹੀਂ ਪਤਾ ਕਾਹਦੇ ਕਾਗਜ਼ਾਂ, ਤੇ ਦੋਨੇ ਮਾਂ ਪੁੱਤ ਮੇਰੇ ਤੇ ਧੱਕੇ ਨਾਲ ਗੁੱਠਾ ਲਵਾਉਂਦੇ ਨੇ ਕਾਗਜ਼ਾਂ ਤੇ। ਜੱਸੀ, ਇਹ ਸਾਡੇ ਘਰ ਦਾ ਮਾਮਲਾ ਵੀ ਵਿੱਚ ਨਾ ਬੋਲ। ਉਹ ਤੂੰ ਪਹਿਲਾਂ ਮੇਰੀ ਗੱਲ ਤਾਂ ਸੁਣ ਲਾ, ਇਹ ਕਾਗਜ਼ ਮਨਪ੍ਰੀਤ ਤੈਨੂੰ ਪਤਾ ਕਾਹਦੇ ਆ? ਇਹ ਘਰ ਤੇ ਸਾਰੀ ਜ਼ਮੀਨ ਤੇਰੇ ਨਾਂ, ਜੋ ਧੱਕੇ ਨਾਲ ਆਪਦੇ ਨਾਂ ਕਰਵਾਉਣਾ ਚਾਹੁੰਦੇ ਆ।
ਉਹ ਬਾਈ ਇਹ ਤੇਰੀ ਘਰ ਵਾਲੀ ਨੀ, ਰਿਸ਼ਤਾ ਹੋਇਆ ਤੂੰ ਛੋਟੇ ਸੌਦੇ ਦਾ, ਤੂੰ ਜਾ ਸਕਦਾ ਇੱਥੋਂ। ਮਨਪ੍ਰੀਤ ਤੂੰ ਮੇਰੇ ਘਰ ਵਾਲੀ ਆ, ਮੇਰੇ ਹੁੰਦੇ ਹੋਏ ਨਾ ਤੂੰ ਇਹਦੇ ਗੁੱਠਾ ਨਹੀਂ ਲਵਾ ਸਕਦਾ, ਨਾਲੇ ਮੇਰੇ ਹੁੰਦੇ ਤੂੰ ਇਹਦੀ ਕੁੱਟਮਾਰ ਵੀ ਨਹੀਂ ਕਰ ਸਕਦਾ। ਗੱਲ ਸੁਣ ਲਾ ਮੇਰੀ। ਮੈਂ ਤੈਨੂੰ ਫੇਰ ਕਹਿਣਾ ਵੀਰੇ, ਇਹ ਤੇਰੇ ਘਰ ਵਾਲੀ ਨੀ, ਤੁਹਾਡੇ ਰਿਸ਼ਤੇ ਦਾ ਸੌਦਾ ਹੋਇਆ ਸੀ। ਸੌਦਾ? ਤੇਰਾ ਕਹਿਣ ਦਾ ਮਤਲਬ ਕੀ ਆ? ਤੇਰੇ ਬਾਪੂ ਨੇ ਰਿਸ਼ਤੇ ਦਾ ਸੌਦਾ ਕੀਤਾ ਸੀ। ਤੈਨੂੰ ਸੁਣਦਾ ਨੀ ਹੈਗਾ ਇੱਕ ਵਾਰ ਕਹੇ ਤੂੰ? ਮਨਪ੍ਰੀਤ ਮੇਰੇ ਘਰ ਵਾਲੀ ਆ, ਤੂੰ ਇਹ ਨੀ ਲੋੜਾਉਂਦਾ ਹੈਗਾ, ਮੈਨੂੰ ਲੱਗਦਾ ਪੁਲਿਸ ਨੂੰ ਫੋਨ ਕਰਨਾ ਲੱਗੂ। ਤੂੰ ਕਾਗਜ਼ ਆਹੀ ਸਾਡੇ ਘਰ ਦਾ ਮਾਮਲਾ ਹੈ। ਉਹ ਤੂੰ ਰੁਕ ਜਾ, ਮੈਂ ਤੈਨੂੰ ਹੁਣੇ ਦੱਸਦਾ ਘਰ ਦਾ ਮਾਮਲਾ। ਮੇਰੇ ਮੁੰਡੇ ਤੇ ਥੱਪੜ ਕਿਵੇਂ ਮਾਰਿਆ? ਉਹ ਬੇਬੇ ਤੁਸੀਂ ਟਿਕ ਜੋ, ਤੁਹਾਡੇ ਕਰਕੇ ਸਾਰਾ ਕੁਝ ਹੋ ਰਿਹਾ। ਜੇ ਤੁਸੀਂ ਗੁਰੀ ਨੂੰ ਰੋਕ ਕੇ ਰੱਖਦੇ ਨਾ, ਇੰਨਾ ਕੁਛ ਨਾ ਹੁੰਦਾ। ਇਹਦੇ ਵਿੱਚ ਤੁਸੀਂ ਵੀ ਹੱਕਦਾਰ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਸੀਂ ਚੁੱਪ ਕਰਕੇ ਤਮਾਸ਼ਾ ਦੇਖੀ ਜਾਂਦੇ ਹੋ। ਹੁਣ ਤਾਂ ਪੁਲਿਸ ਦੱਸੂਗੀ ਕੀ ਸਹੀ ਆ ਕੀ ਗਲਤ ਆ, ਹੁਣ ਪੁਲਿਸ ਨੂੰ ਫੋਨ ਕਰਨ ਹੀ ਲੱਗੂ ਮੈਨੂੰ ਲੱਗਦਾ। ਜੱਸੀ ਪੁੱਤ, ਪੁਲਿਸ ਨੂੰ ਫੋਨ ਲਾ ਲਾ, ਅਸੀਂ ਮਾਫ਼ੀ ਮੰਗਦੇ ਪੁੱਤ, ਦੇਖੋ ਹੱਥ ਬੰਨਦੇ ਤੇਰੇ ਮੂਹਰੇ। ਤੂੰ ਵੀ ਪੁੱਤ ਮਨਪ੍ਰੀਤ, ਜੱਸੀ ਨੂੰ ਰੋਕ, ਪੁਲਿਸ ਨੂੰ ਫੋਨ ਨਾ ਕਰੇ, ਮੈਨੂੰ ਮਾਫ਼ ਕਰ ਦਿੱਤੀ ਹੈ, ਸਭ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮਾਸੀ ਜੀ, ਤੁਸੀਂ ਮੇਰੇ ਅੱਗੇ ਐਂ ਹੱਥ ਜੋੜਦੇ ਸੋਹਣੇ ਨਹੀਂ ਲੱਗਦੇ, ਨਾ ਹੀ ਮੇਰੇ ਤੋਂ ਮਾਫ਼ੀ ਮੰਗਦੇ ਸੋਹਣੇ ਲੱਗਦੇ ਹੋ। ਅਤੇ ਰਹੀ ਗੱਲ ਆ ਘਰ ਅਤੇ ਜ਼ਮੀਨ ਦੀ, ਤੁਸੀਂ ਆ ਘਰ ਅਤੇ ਜ਼ਮੀਨ ਕਰਕੇ ਮੇਰੇ ਨਾਲ ਇੰਨਾ ਕੁਛ ਕੀਤਾ, ਜੇ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਵੀ ਤੁਹਾਨੂੰ ਸਿਰਫ ਮੇਰੇ ਘਰ ਅਤੇ ਜ਼ਮੀਨ ਨਾਲ ਪਿਆਰ ਆ ਅਤੇ ਤੁਹਾਨੂੰ ਇਹੀ ਚਾਹੀਦੇ ਨੇ, ਦੱਸ ਤਾਂ ਦਿੰਦੇ, ਮੈਂ ਆਪ ਹੀ ਤੁਹਾਡੇ ਨਾਮ ਕਰ ਦੇਣਾ ਸੀ ਸਾਰਾ ਕੁਛ। ਮਾਫ਼ੀ ਮੰਗ ਰਿਹਾ ਮੁੰਡਾ ਕੁੜੀ ਤੋਂ, ਬਹੁਤ ਵੱਡੀ ਗਲਤੀ ਹੋ ਗਈ ਆਪਾਂ ਤੋਂ। ਦੇਖੋ ਗੁਰੀ, ਜਿਹੜਾ ਕੁਛ ਤੁਸੀਂ ਨੇ ਨਾ ਮਨਪ੍ਰੀਤ ਮੈਂ ਕੀਤਾ, ਇਹਦੀ ਸਜ਼ਾ ਤਾਂ ਇਹੀ ਆ, ਤੁਸੀਂ ਇਹ ਘਰ 'ਚੋਂ ਨਿਕਲ ਜਾਓ, ਹੁਣ ਤੁਸੀਂ ਇੱਥੇ ਨਹੀਂ ਰਹਿ ਸਕਦੇ। ਜੱਸੀ ਪੁੱਤ, ਸਾਨੂੰ ਇਹ ਘਰੋਂ ਨਾ ਕੱਢੋ, ਇਹ ਉਮਰ 'ਚ ਮੈਨੂੰ ਇਹ ਲੈ ਕੇ ਕਿੱਥੇ ਜਾਊਗਾ, ਸਾਨੂੰ ਇਸੇ ਘਰੇ ਰਹਿ ਲੈਣ ਦਿਓ। ਤੂੰ ਵੀ ਸਮਝਾ ਪੁੱਤ ਜੱਸੀ ਨੂੰ। ਜੱਸੀ, ਇਹਨਾਂ ਨੂੰ ਇਸ ਘਰ 'ਚ ਰਹਿ ਲੈਣ ਦਿਓ, ਅਤੇ ਰਹੀ ਗੱਲ ਜ਼ਮੀਨ ਦੀ, ਉਹ ਸਾਰੀ ਮੈਂ ਤੁਹਾਡੇ ਨਾਮ ਕਰਵਾ ਦੂੰਗੀ। ਹੁਣ ਇਹਨਾਂ ਮਲੰਗਾਂ ਨੇ ਜਾਣਾ ਵੀ ਕਿੱਥੇ ਆ, ਜਦੋਂ ਕੋਈ ਆਪਦਾ ਰਹਿਣ ਬਸੇਰਾ ਹੀ ਨਹੀਂ ਹੈਗਾ ਇਹਨਾਂ ਕੋਲੇ। ਸਾਨੂੰ ਪੁੱਤ ਇਸ ਘਰ 'ਚ ਰਹਿ ਲੈਣ ਦਿਓ, ਇਹੀ ਤੁਹਾਡੀ ਬਹੁਤ ਵੱਡੀ ਮਿਹਰਬਾਨੀ ਹੋਊਗੀ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਮਨਪ੍ਰੀਤ ਭੈਣੇ, ਮੈਨੂੰ ਮਾਫ਼ ਕਰ ਦੇ, ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ, ਮੈਂ ਆਪਣੀ ਗਲਤੀ 'ਤੇ ਬਹੁਤ ਸ਼ਰਮਿੰਦਾ ਭੈਣੇ। ਵੀਰੇ, ਮੈਂ ਮਾਫ਼ੀ ਮੰਗਾ ਕੇ ਕੋਈ ਵੱਡੀ ਨਹੀਂ ਬਣ ਜੂੰਗੀ, ਬਸ ਤੂੰ ਮੇਰੇ ਤੋਂ ਵੱਡਾ, ਮੈਂ ਤਾਂ ਤੈਨੂੰ ਇਹੀ ਕਹਿਣ ਜੋਗੀ ਹਾਂ ਵੀ ਤੂੰ ਆਪਦੇ ਕਿਸੇ ਕੰਮ ਧੰਦੇ ਲੱਗ ਜਾ ਅਤੇ ਆਪਦੀ ਜ਼ਿੰਦਗੀ ਸਵਾਰ ਲੈ, ਬਹੁਤ ਆ ਬਸ। ਚਲੋ ਮਨਪ੍ਰੀਤ, ਚੱਲੀਏ ਆਪਾਂ ਫਿਰ, ਘਰੇ ਜਾ ਕੇ ਬਾਪੂ ਦਾ ਵੀ ਹਿਸਾਬ ਕਿਤਾਬ ਕਰਨਾ ਆਪਾਂ ਨੇ। ਆ ਜਾਓ। ਬਾਪੂ, ਬਾਪੂ ਆ ਕਿਉਂ ਗਿਆ? ਬਾਪੂ ਨੂੰ, ਬਾਪੂ ਮੈਨੂੰ ਲੱਗਦਾ ਮਨਪ੍ਰੀਤ ਬਾਪੂ ਨੂੰ ਕਰੰਟ ਲੱਗਿਆ, ਆ ਦੇਖ ਤਾਰ ਨੰਗੀ ਪਈ ਆ। ਬਾਪੂ, ਤੁਸੀਂ ਬਾਪੂ ਨੂੰ, ਬਾਪੂ ਬਾਪੂ ਜੱਸੀ, ਤੁਸੀਂ ਐਂ ਕਰੋ ਫਟਾਫਟ ਨਾ ਡਾਕਟਰ ਨੂੰ ਲੈ ਕੇ ਆਓ, ਕਿਉਂਕਿ ਬਾਪੂ ਕਦੋਂ ਤੋਂ ਘੜ ਗਿਆ ਪਿਆ ਹੋਵੇ। ਚਲ ਮਨਪ੍ਰੀਤ, ਤੂੰ ਧਿਆਨ ਰੱਖੀ, ਮੈਂ ਜਾਣਾ। ਜਾਓ ਜਾਓ। ਜੱਸੀ, ਜੱਸੀ, ਜੱਸੀ ਬਾਪੂ ਜੀ। ਹਾਂ ਬਾਪੂ ਜੀ। ਹੋਸ਼ ਆ ਗਿਆ? ਆ ਗਿਆ ਬਾਪੂ ਜੀ। ਤੁਸੀਂ ਠੀਕ ਹੋ? ਠੀਕ ਹੋ ਬਾਪੂ। ਜੱਸੀ, ਹਾਂ ਬਾਪੂ, ਮੈਨੂੰ ਕੀ ਹੋ ਗਿਆ ਸੀ ਪੁੱਤ? ਬਾਪੂ, ਤੁਹਾਨੂੰ ਕਰੰਟ ਲੱਗਿਆ ਪਿਆ ਸੀ, ਜੱਸੀ ਟਾਈਮ 'ਤੇ ਨਾ ਆਉਂਦੇ ਨਾ ਥੋੜ੍ਹੀ ਜਾਣ ਵੀ ਜਾ ਸਕਦੀ ਸੀ। ਸ਼ੁਕਰ ਆ ਪੁੱਤ, ਤੂੰ ਆ ਗਿਆ, ਨਹੀਂ ਮੈਂ ਮਰ ਜਾਣਾ ਸੀ ਪੁੱਤ। ਬਾਪੂ ਜੀ, ਤੁਸੀਂ ਆਏ ਨਾ ਬੋਲੋ, ਕੋਈ ਗੱਲ ਨਹੀਂ, ਸ਼ੁਕਰ ਆ ਰੱਬ ਦਾ ਜਿਹੜਾ ਅਸੀਂ ਟਾਈਮ 'ਤੇ ਆ ਕੇ ਤੁਹਾਡੀ ਜਾਨ ਬਚਾ ਲਈ, ਨਹੀਂ ਪਤਾ ਨਹੀਂ ਅੱਜ ਕੀ ਹੋ ਜਾਂਦਾ। ਜੱਸੀ,
ਮੈਨੂੰ ਪੁੱਤ ਮਾਫ ਕਰੀ। ਨਾ ਨਾ ਕੋਈ ਨਾ, ਮੈਂ ਤੈਨੂੰ ਆਪਣਾ ਪੁੱਤ ਹੀ ਨਹੀਂ ਸਮਝਿਆ ਪੁੱਤ। ਉਹ ਇਹੀ ਤਾਂ ਫਰਕ ਆ ਚਾਚਾ, ਮੈਂ ਵੀ ਕਦੇ ਤੈਨੂੰ ਆਪਣਾ ਚਾਚਾ ਨਹੀਂ ਸਮਝਿਆ ਸੀ। ਚਲ ਕੋਈ ਨਹੀਂ, ਜਿਹੜਾ ਕੁਛ ਵੀ ਕੀਤਾ ਨਾ ਬਾਪੂ ਜੀ ਨੇ ਸਿਰਫ ਆਪਦੇ ਪੁੱਤ ਲਈ ਕੀਤਾ ਸੀ, ਤਾਂ ਹੀ ਤਾਂ ਕਦੇ ਆਪਾਂ ਨੂੰ ਆਪਣੇ ਨਹੀਂ ਸਮਝਿਆ। ਇੰਨਾ ਲਾਲਚ ਵੀ ਮਾੜਾ ਹੁੰਦਾ ਬਾਪੂ, ਅਜੇ ਤੇਰੇ ਕੋਲ ਅਸੀਂ ਸੀ ਨਾ, ਅਸੀਂ ਉਸ ਨੂੰ ਬਚਾਇਆ। ਤੁਸੀਂ ਤਾਂ ਆਪਣੇ ਅੱਜ ਕਿਹੜਾ ਫਿਰ ਤੁਹਾਡੇ ਪੁੱਤ ਨੇ ਆ ਕੇ ਤੁਹਾਡੀ ਜਾਨ ਬਚਾਈ, ਜਾਨ ਤਾਂ ਤੁਹਾਡੀ ਅਸੀਂ ਬਚਾਈ ਹੈ ਨਾ, ਤੇ ਰਹਿਣਾ ਵੀ ਹਮੇਸ਼ਾ ਅਸੀਂ ਆ ਤੁਹਾਡੇ ਕੋਲੇ। ਤੁਸੀਂ ਤਾਂ ਲਾਲਚ ਚ ਇੰਨਾ ਜ਼ਿਆਦਾ ਗਿਰ ਗਏ, ਬਗਾਨੇ ਘਰ ਦੀ ਇੱਜ਼ਤ ਦਾ ਵੀ ਸੌਦਾ ਕਰਤਾ। ਧੀਏ ਮੈਨੂੰ ਤੂੰ ਵੀ ਮਾਫ ਕਰੀ, ਤੇਰੇ ਨਾਲ ਵੀ ਮੈਂ ਬਹੁਤ ਧੱਕਾ ਕੀਤਾ। ਚਲੋ ਕੋਈ ਗੱਲ ਨੀ, ਚਲੋ ਕੋਈ ਨਾ, ਬਸ ਦੋਨਾਂ ਘਰਾਂ ਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ, ਇੰਨਾ ਹੀ ਬਹੁਤ ਆ ਸਾਡੇ ਲਈ ਤਾਂ, ਤੇ ਇਧਰੋਂ ਤੁਸੀਂ ਵੀ ਸਾਨੂੰ ਆਪਦੇ ਅਪਣਾ ਲਿਆ, ਇਹ ਬਹੁਤ ਆ। ਤੁਸੀਂ ਆਰਾਮ ਕਰੋ ਬਾਪੂ, ਆਰਾਮ ਕਰੋ ਬਾਪੂ। ਪੁੱਤ ਮੈਨੂੰ ਤੂੰ ਵੀ ਮਾਫ ਕਰੀ, ਕੋਈ ਨਾ ਕੋਈ ਨਾ, ਤੇਰੇ ਨਾਲ ਵੀ ਮੈਂ ਬਹੁਤ ਧੱਕਾ ਕੀਤਾ। ਕੋਈ ਨਾ ਬਾਪੂ, ਅੱਜ ਤੋਂ ਬਾਅਦ ਮੈਂ ਤੁਹਾਨੂੰ ਦੋਨਿਆਂ ਨੂੰ ਆਪਣੀ ਨੂੰਹ ਤੇ ਆਪਣਾ ਪੁੱਤ ਸਮਝ ਕੇ ਤੁਹਾਨੂੰ ਪਿਆਰ ਦੂੰਗਾ, ਪੁੱਤ ਮੈਨੂੰ ਮਾਫ ਕਰ ਦਿਓ। ਚਲੋ ਕੋਈ ਨਾ ਬਾਪੂ, ਪਹਿਲਾਂ ਠੀਕ ਤਾਂ ਹੋ ਤੁਸੀਂ ਰੈਸਟ ਕਰੋ, ਹੁਣ ਰੈਸਟ ਦੀ ਲੋੜ ਹੈ।